ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸਤਕਾਰਯੋਗ ਯਾਦ ਵਿੱਚ ਜੁੜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਤਾਬ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਵੀ ਕਿਤਾਬ ਇਹ ਮੈਂ ਕਿਉਂ ਲਿਖੀ ਜਾਂ ਇਹਦੇ ਵਿੱਚ ਹੈ ਕੀ ਬਾਬਾ ਸੋਹਣ ਸਿੰਘ ਭਕਣਾ ਦਾ ਸ਼ਾਇਦ ਤੁਸੀਂ ਸਾਰਿਆਂ ਨੇ ਨਾਂ ਸੁਣਿਆ ਹੋਣਾ ਜਿਨੇ ਵੀ ਕਰਤਾਰ ਸਿੰਘ ਸਰਾਭਾ ਬਾਰੇ ਕੁਝ ਪੜ੍ਹਿਆ ਹੋਵੇ ਕਿਉਂਕਿ ਜਿਸ ਪਾਰਟੀ ਦਾ ਆਗੂ ਕਰਤਾਰ ਸਿੰਘ ਸਰਾਭਾ ਸੀ ਉਸ ਪਾਰਟੀ ਦਾ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਣਾ ਸੀ ਜਿਹੜਾ ਉਮਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲੋਂ ਦੁੱਗਣੀ ਤੋਂ ਵੀ ਵੱਧ ਉਮਰ ਦਾ ਸੀ ਉਹਦੇ ਬਾਪ ਵਰਗੇ ਸੀ ਸੋ ਪਾਰਟੀ ਬਣਾਉਣ ਦੇ ਵਿੱਚ ਜੇ ਕਿਸੇ ਨੇ ਸਭ ਤੋਂ ਵੱਧ ਹਿੱਸਾ ਪਾਇਆ ਤਾਂ ਉਹ ਬਾਬਾ ਸੋਹਣ ਸੂ ਭਕਣਾ ਸੀ ਬਾਨੀ ਪ੍ਰਧਾਨ ਪਰ ਜਦੋਂ ਭਾਰਤ ਵਿੱਚ ਦਾਖਲ ਹੋਣ ਲੱਗਿਆ ਉਹ ਕਲਕੱਤੇ ਬੰਦਰਗਾਹ ਤੋਂ ਹੀ ਗ੍ਰਿਫਤਾਰ ਕਰ ਲਿਆ ਉੱਥੋਂ ਗ੍ਰਿਫਤਾਰ ਕਰਕੇ ਲੁਧਿਆਣੇ ਲਿਆਂਦਾ ਕੁਛ ਚਿਰ ਇੱਥੇ ਰੱਖਿਆ ਬਾਅਦ ਦੇ ਵਿੱਚ ਉਹਨੂੰ ਕਾਲੇ ਪਾਣੀ ਦੀ ਸਜ਼ਾ ਦੇ ਕੇ ਉਮਰ ਕੈਦ ਦੀ ਅੰਡੇਮਾਨ ਨਿਕੋਬਾਰ ਉੱਥੇ ਭੇਜਤਾ ਸੋ ਬਹੁਤ ਲੰਮਾ ਸਿਰ ਉਹਨਾਂ ਨੇ ਆਪਣੀ ਉਮਰ ਜਿਹੜੀ ਹੈ ਉਹ ਜੇਲ੍ਹਾਂ ਦੇ ਵਿੱਚ ਹੀ ਗੁਜ਼ਾਰੀ ਜੇਲ੍ਹਾਂ ਦੇ ਵਿੱਚ ਵੀ ਉਸ ਮੌਕੇ ਦੇ ਉੱਤੇ ਬਹੁਤ ਸਖਤ ਹਾਲਤਾਂ ਸੀ ਬਾਰ-ਬਾਰ ਭੁੱਖ ਹੜਤਾਲਾਂ ਕਰਨੀਆਂ ਪਈਆਂ ਫਿਰ ਰਿਹਾ ਹੋਏ ਮੇਰੀ ਉਹਨਾਂ ਨਾਲ ਮੁਲਾਕਾਤ ਪਹਿਲੀ ਵਾਰ 1967 ਦੇ ਵਿੱਚ ਹੋਈ ਸੀ ਉਦੋਂ ਉਹ 90 ਸਾਲਾਂ ਦੇ ਸੀ ਮੈਂ ਉਦੋਂ ਪਹਿਲੇ ਸਾਲ ਦੇ ਵਿੱਚ ਗੁਰਨਾਨ ਸਿੰਘ ਜੀ ਨੇ ਕਾਲਜ ਪੜ੍ਹਦਾ ਸੀ ਇੱਥੇ ਵਿਸ਼ਕਰਮਾ ਸਕੂਲ ਹੁੰਦਾ ਸੀ ਉਹਦੇ ਵਿੱਚ ਬੁਲਾਇਆ ਤੇ ਉਹਨਾਂ ਦਾ ਸੀ ਸਮਾਗਮ ਕੀਤਾ ਉੱਥੇ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਬਾਬਾ ਜੀ ਜਿਸ ਆਜ਼ਾਦੀ ਵਾਸਤੇ ਤੁਸੀਂ ਲੜੇ ਸੀ ਕੀ ਤੁਸੀਂ ਸਮਝਦੇ ਹੋ ਕਿ ਉਹ ਆਜ਼ਾਦੀ ਆ ਗਈ ਤਾਂ ਬਾਬਾ ਜੀ ਨੇ ਜੋ ਜਵਾਬ ਦਿੱਤਾ ਉਹਨੇ ਸਾਨੂੰ ਸਾਰਿਆਂ ਨੂੰ ਝੰਡੋੜ ਕੇ ਰੱਖਤਾ ਕਿਉਂਕਿ ਉਸ ਵੇਲੇ ਬਾਬਾ ਜੀ ਦੀ ਜਿਹੜੀ ਕਮਰ ਸੀ ਉਹ ਬਿਲਕੁਲ ਝੁਕ ਚੁਕੀ ਸੀ ਜਿਵੇਂ 90 ਡਿਗਰੀ ਦੇ ਕੋਣ ਤੇ ਬੜੀ ਮੁਸ਼ਕਲ ਨਾਲ ਤੁਰਦੇ ਸੀਗੇ ਬਿਲਕੁਲ ਦੂਰੀ ਹੋ ਗਈ ਸੀ ਉਹ ਕਹਿੰਦਾ ਵੀ ਜਿਹੜੀ ਮੇਰੀਆ ਕਮਰ ਦੂਰੀ ਹੋਈ ਹੈ ਨਾ ਇਹ ਅੰਗਰੇਜ਼ਾਂ ਦੇ ਜ਼ੁਲਮਾਂ ਕਰਕੇ ਨਹੀਂ ਇਹ ਆਜ਼ਾਦ ਭਾਰਤ ਦੇ ਵਿੱਚ ਹੋਈ ਹੈ ਵੀ ਬਾਰ-ਬਾਰ ਮੈਂ ਜੇਲ੍ਹਾਂ 'ਚ ਗਿਆ ਬਾਰ-ਬਾਰ ਭੁੱਖ ਹੜਤਾਲਾਂ ਹੋਈਆਂ ਤੇ ਬਾਰ-ਬਾਰ ਤਸ਼ੱਦਦ ਹੋਇਆ ਸੋ ਇਸ ਆਜ਼ਾਦੀ ਵਾਸਤੇ ਅਸੀਂ ਨਹੀਂ ਸੀ ਲੜੇ ਸਾਡਾ ਆਜ਼ਾਦੀ ਦਾ ਸੁਪਨਾ ਤੇ ਸੰਕਲਪ ਹੋਰ ਸੀ ਸੋ ਜਦੋਂ ਅਸੀਂ ਉਹ ਗੱਲ ਉਹਦੀ ਸੁਣੀ ਕਿ ਜੇ ਉਹ ਆਜ਼ਾਦੀ ਅਜੇ ਨਹੀਂ ਆਈ ਤਾਂ ਫਿਰ ਜਿਹਦੇ ਅੰਦਰ ਵੀ ਕੋਈ ਜਵਾਨੀ ਹੈ ਜਾਂ ਜੋਸ਼ ਹੈ ਜਾਂ ਖੂਨ ਹੈ ਤਾਂ ਫਿਰ ਕੁਝ ਕਰੀਏ ਸੋ ਉਹਨਾਂ ਦੇ ਉਹ ਬੋਲਾਂ ਨੇ ਸਾਨੂੰ ਉਹ ਤੇਜਿਤ ਕੀਤਾ ਚਲੋ ਅੱਗੇ ਫਿਰ ਸਫ਼ਰ ਸ਼ੁਰੂ ਹੋਇਆ ਸੋ ਬਾਬਾ ਸੋਹਣ ਸੂ ਭਾਕਣਾ ਨੇ ਉਮਰ ਦੇ ਬਹੁਤ ਅਖੀਰ ਦੇ ਵਿੱਚ ਜਾ ਕੇ ਕੋਈ ਸ਼ਬਦ ਲਿਖੇ ਮੈਂ ਤੁਹਾਡੇ ਨਾਲ ਉਹ ਸਾਂਝੇ ਕਰਦਾ ਇੱਕ ਪਹਿਰੇ ਇਹ ਛੋਟਾ ਜਿਹਾ ਧਿਆਨ ਨਾਲ ਸੁਣਿਓ ਦਾ ਇੱਕ ਇੱਕ ਸ਼ਬਦ ਉਹਦੇ ਵਿੱਚੋਂ ਤੁਹਾਨੂੰ ਸਾਰੀ ਸਮੱਸਿਆ ਕਿ ਕਿਤਾਬ ਕਿਉਂ ਲਿਖਣੀ ਪਈ ਤੇ ਇਸ ਲਹਿਰ ਨਾਲ ਤੇ ਦੇ ਇਤਿਹਾਸ ਨਾਲ ਕੀ ਵਾਪਰਿਆ ਇਹ ਗੱਲ ਸਾਫ਼ ਹੋ ਜਾਏਗੀ ਬਾਬਾ ਸੋਹਣ ਸਿੰਘ ਪਾਕਣਾ ਲਿਖਦੇ ਨੇ ਕਈ ਲਖਾਰੀਆਂ ਨੇ ਦੇ ਸਮਝੀ ਜਾਂ ਕਿਸੇ ਗੈਰ ਜਮਹੂਰੀ ਸਿਆਸੀ ਅਸਰ ਹੇਠ ਆ ਕੇ ਗਦਰ ਪਾਰਟੀ ਦੀ ਜਮਹੂਰੀਅਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਅੰਗਰੇਜ਼ਾਂ ਦੇ ਏਜੰਟਾਂ ਦਾ ਇਹ ਪ੍ਰਚਾਰ ਸੀ ਕਿ ਗਦਰ ਪਾਰਟੀ ਲਾਲਾ ਹਰਦਿਆਰ ਨੇ ਖੜੀ ਕੀਤੀ ਹੈ ਨਹੀਂ ਤਾਂ ਇਹ ਪੰਜਾਬੀਆਂ ਦਾ ਅਣਪੜ ਟੋਲਾ ਹੀ ਹੈ ਸਕੂਲਾਂ ਵਿੱਚ ਨਵੀਆਂ ਲੱਗੀਆਂ ਕਿਤਾਬਾਂ ਵਿੱਚ ਅੰਗਰੇਜ਼ਾਂ ਦੇ ਪ੍ਰਚਾਰ ਦੇ ਪੱਖ ਵਿੱਚ ਅਤੇ ਗਦਰ ਪਾਰਟੀ ਦੀ ਜਮਹੂਰੀ ਲਾਈਨ ਨੂੰ ਇਤਿਹਾਸ ਵਿੱਚੋਂ ਨ부ਤ ਕਰਨ ਖਾਤਰ ਹਕੂਮਤ ਨੇ ਵੀ ਪਾਲਸੀ ਇਖਤਿਆਰ ਕਰ ਲਈ ਹੈ ਆਜ਼ਾਦ ਦੇਸ਼ ਦੇ ਵਿੱਚ ਹਕੂਮਤ ਨੇ ਪਾਲਸੀ ਇਖਤਿਆਰ ਕਰ ਲਈ ਪਰ ਉਹ ਦਿਨ ਦੂਰ ਨਹੀਂ ਜਿਸ ਦਿਨੇ ਸਾਰੇ ਲਖਾਰੀ ਲੋਕਾਂ ਸਾਹਮਣੇ ਸ਼ਰਮਿੰਦਾ ਹੋਣਗੇ ਅਤੇ ਜਾਗੀ ਹੋਈ ਕੌਮ ਅਤੇ ਦੇਸ਼ ਆਪਣੀ ਇਨਕਲਾਬੀ ਤਾਰੀਖ ਨੂੰ ਸੱਚੇ ਅਰਥਾਂ ਵਿੱਚ ਜਨਤਾ ਦੇ ਸਾਹਮਣੇ ਲਿਆਉਣ। ਸੋ ਬਾਬਾ ਜੀ ਨੇ ਜਦੋਂ ਲਿਖਿਆ ਸੀ ਕਿ ਉਹ ਦਿਨ ਦੂਰ ਨਹੀਂ ਜਦੋਂ ਲਿਖਾਰੀ ਜਿਨ੍ਹਾਂ ਨੇ ਉਸ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸ਼ਰਮਿੰਦਾ ਹੋਣਗੇ। ਉਹ ਬਹੁਤ ਵਖਫਾ ਨੰਗਿਆ। ਤਕਰੀਬਨ 60 ਸਾਲ ਕਿਤਾਬਾਂ ਛਪੀ ਗਈਆਂ ਗੱਲਾਂ ਹੋਈ ਗਈਆਂ ਗਦਰ ਪਾਰਟੀ ਬਾਰੇ ਵੀ ਸ਼ਹੀਦ ਸਰਾਭਾ ਬਾਰੇ ਵੀ ਪਰ ਜੋ ਬਾਬਾ ਸੋਹਣ ਸੁ ਭਖਣਾ ਕਹਿ ਕੇ ਗਏ ਨੇ ਕਿ ਇਸ ਦੇ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਠੀਕ ਕਰਨ ਦਾ ਯਤਨ ਵੱਜਮੇ ਰੂਪਤ ਨਾ ਹੋਇਆ ਆ ਜਿਹੜਾ ਨੌਜਵਾਨ ਸਭ ਤੋਂ ਪਹਿਲਾਂ ਇੱਥੇ ਕਰਤਾਰ ਸਿੰਘ ਸਰਾਭਾ ਬਾਰੇ ਬੋਲ ਕੇ ਗਿਆ ਉਹ ਤਾਂ ਆਪਣੇ ਜਣੇ ਬੜੀ ਇਮਾਨਦਾਰੀ ਨਾਲ ਠੀਕ ਭਾਵਨਾ ਚੋਂ ਜੋ ਪੜਿਆ ਜੋ ਸੁਣਿਆ ਉਹ ਬੋਲਿਆ ਉਹ ਜਦੋਂ ਬੋਲ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਕਿੰਨੀ ਤਾਕਤ ਹੁੰਦੀ ਹੈ ਹਕੂਮਤ ਦੇ ਹੱਥ ਦੇ ਵਿੱਚ ਤੇ ਜੋ ਕਿਤਾਬਾਂ ਛਾਪਾਤੀਆਂ ਜੋ ਪ੍ਰਚਾਰਤੀਆਂ ਜੋ ਸਕੂਲਾਂ ਕੋਲੇ ਪਹੁੰਚਾਤੀਆਂ ਉਹ ਕਿਵੇਂ ਨੌਜਵਾਨਾਂ ਦੇ ਤੇ ਬੱਚਿਆਂ ਦੇ ਮਨ ਤੇ ਜਕੜ ਕਾਇਮ ਕਰ ਲੈਂਦੀਆਂ ਫਿਰ ਕੁਝ ਕਰਨ ਦੀ ਲੋੜ ਨਹੀਂ ਆਪਣੇ ਆਪ ਉਹ ਬੋਲੀ ਬੋਲੀ ਜਾਣਗੇ ਇੱਕ ਬੋਲੂ ਸੌ ਸੁਣਨਗੇ ਉਹ ਗਾਹਾਂ ਹੋਰ ਦੱਸਣਗੇ ਸੋ ਗਲਤ ਗੱਲਾਂ ਪ੍ਰੋਪਗੇਟ ਕਿਵੇਂ ਹੁੰਦੀਆਂ ਇੱਕ ਬੜੇ ਆਰਗੇਨਾਈਜ਼ਡ ਰੂਪ ਦੇ ਵਿੱਚ ਤੇ ਠੀਕ ਗੱਲ ਜਿਹੜੀ ਕਰਨ ਵਾਲਾ ਹੋ ਉਹਦੇ ਕੋਲੇ ਬੜੇ ਸੀਮਤ ਜੇ ਸਾਧਨ ਹੋਣਗੇ ਉਹਦੀ ਗੱਲ ਨੂੰ ਦਬਾਉਣ ਦੀ ਤੇ ਰੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਮੈਂ ਜਦੋਂ ਪਹਿਲੀ ਕਿਤਾਬ ਲਿਖੀ ਸੀਗੀ ਗਦਰੀ ਬਾਬੇ ਕੌਣ ਸਨ ਉਹ ਲਿਖਦਿਆਂ ਹੀ ਮੈਨੂੰ ਇਹ ਮਹਿਸੂਸ ਹੋਇਆ ਜਦੋਂ ਇਤਿਹਾਸ ਚੋਂ ਕੁਝ ਪੜਿਆ ਕਿ ਕਰਤਾਰ ਸਿੰਘ ਸਰਾਭਾ ਬਾਕੀ ਸੰਗਰਾਮੀਆਂ ਵਰਗ ਇੱਕ ਸੰਗਰਾਮੀਆ ਨਹੀਂ ਸੀ ਲਹਿਰਾਂ ਦੇ ਵਿੱਚ ਬਹੁਤ ਲੋਕ ਆਉਂਦੇ ਨੇ ਬਹੁਤ ਜਿਹਾਰੂ ਆਉਂਦੇ ਆ ਯੋਧੇ ਆਉਂਦੇ ਆ ਸ਼ਹੀਦ ਹੁੰਦੇ ਆ ਸਾਰਿਆਂ ਪ੍ਰਤੀ ਸਤਿਕਾਰ ਸਾਰੇ ਸਾਡੇ ਸਤਿਕਾਰ ਦੇ ਪਾਤਰ ਆ ਜਾਂ ਹੱਕਦਾਰ ਪਰ ਫੇਰ ਵੀ ਪਰਮਾਤਮਾ ਨੇ ਵੈਗਰੂ ਨੇ ਕਈਆਂ ਨੂੰ ਕੋਈ ਖਾਸ ਵਕਸ਼ਿਸ਼ ਕੀਤੀ ਹੁੰਦੀ ਹੈ ਹਰ ਬੰਦਾ ਇੱਕ ਦੂਜੇ ਦੇ ਬਰਾਬਰ ਨਹੀਂ ਹੁੰਦਾ ਕਿਸੇ ਨੂੰ ਕੋਈ ਗੁਣ ਦਿੱਤਾ ਕਿਸੇ ਨੂੰ ਕੋਈ ਗੁਣ ਦਿੱਤਾ ਸੋ ਬੱਜਮੀ ਕਰਤਾਰ ਸਿੰਘ ਸਰਾਪਾ ਬਾਰੇ ਕੋਈ ਗੱਲ ਨਹੀਂ ਸੀ ਖਿੰਡਵੀਆਂ ਜੀਆਂ ਗੱਲਾਂ ਪੜੀਆਂ ਨਾਲ ਦੇ ਬੰਦਿਆਂ ਦੀਆਂ ਕਿਸੇ ਨੇ ਇੱਕ ਲਾਈਨ ਲਿਖਤੀ ਕਿਸੇ ਨੇ ਚਾਰ ਲਾਈਨਾਂ ਲਿਖਤੀਆਂ ਮੈਨੂੰ ਉਹਦੇ ਵਿੱਚੋਂ ਇਹ ਪ੍ਰਭਾਵ ਬਣਿਆ ਕਿ ਕਰਤਾਰ ਸਿੰਘ ਸਰਾਬਾ ਇੱਕ ਬਹੁਤ ਹੀ ਲਸਾਨੀ ਕਿਸਮ ਦਾ ਬੰਦਾ ਸੀ ਉਹ ਜਿਹੜੇ ਜਿੰਨਾ ਬਾਰੇ ਅਸੀਂ ਆਮ ਸੁਣ ਲੈਂਦੇ ਆ ਉਹ ਵੀ ਸ਼ਹੀਦ ਹੋਇਆ ਉਹਨੇ ਵੀ ਕੰਮ ਕੀਤਾ ਉਹ ਉਸ ਤਰ੍ਹਾਂ ਦਾ ਨਹੀਂ ਸੀ ਉਹਦੇ 'ਚ ਕੋਈ ਖਾਸ ਗੱਲ ਸੀ ਇਹੀ ਜੀ ਤੇ ਉਹ ਗੱਲ ਫੜਨ ਦੀ ਕੋਸ਼ਿਸ਼ ਕੀਤੀ ਜਾਵੇ ਸੋ ਮੈਂ ਬਾਕੀ ਕੰਮ ਛੱਡ ਕੇ ਅਬਦਾ ਇਹ ਕੰਮ ਸ਼ੁਰੂ ਕੀਤਾ ਅੱਜ ਤੋਂ 1.5 ਸਾਲ ਪਹਿਲਾਂ ਇਹ ਸੋਚ ਕੇ ਕਿ ਦੋ ਕੁ ਮਹੀਨੇ ਚ ਇਹ ਜੀਵਨੀ ਲਿਖ ਕੇ ਉਹਦਾ ਜੋ ਸ਼ਤਾਬ ਦੀ ਸ਼ਹੀਦੀ ਸ਼ਤਾਬ ਦੀ ਨਵੰਬਰ 215 ਦੇ ਵਿੱਚ ਵੀ ਉਦੋਂ ਜਾਰੀ ਕਰ ਦਿਆਂਗੇ ਪਰ ਜਦੋਂ ਮੈਂ ਪੜਨ ਲੱਗਿਆ ਤੱਥ ਦੇਖਣ ਲੱਗਿਆ ਉਹਨਾਂ ਦੀ ਘੋਖ ਕਰਨ ਲੱਗਿਆ ਤਾਂ ਇਹ ਲੱਗਿਆ ਕਿ ਕਰਤਾਰ ਸਿੰਘ ਸਰਾਭਾ ਦੇ ਨਾਲ ਦੇ ਬੰਦੇ ਕੋਈ ਇੱਕ ਗੱਲ ਲਿਖ ਰਿਹਾ ਹੈ ਕੋਈ ਉਹਦੇ ਹੋਲਟ ਲਿਖ ਰਿਹਾ ਹੈ ਤੱਥਾਂ ਦੇ ਮਾਮਲੇ ਹੁਣ ਨਾਲ ਕੰਮ ਕੀਤਾ ਬੰਦਿਆਂ ਨੇ ਉਹੀ ਸਰਾਪੇ ਬਾਰੇ ਲਿਖ ਰਹੇ ਉੱਥੇ ਜੋ ਕੁਛ ਤੱਥਨ ਉਹ ਇੱਕ ਦੂਜੇ ਨਾਲ ਟਕਰਾਈ ਤੁਰੇ ਜਾਂਦੇ ਵੀ ਸਹੀ ਗੱਲ ਕੀ ਸੀ ਇਹ ਕਿਵੇਂ ਲੱਭੀ ਜਾਵੇ ਬੜਾ ਔਖਾ ਹੁੰਦਾ 100 ਸਾਲਾਂ ਬਾਅਦ ਜਾ ਕੇ ਸੋ ਫਿਰ ਮੈਂ ਕਰ ਲਿਆ ਮਖੇ ਵੀ ਨਹੀਂ ਜਿੰਨਾ ਚਿਰ ਮੇਰੀ ਆਪ ਦੀ ਤਸੱਲੀ ਨਹੀਂ ਹੁੰਦੀ ਐਵੇਂ ਇੱਕ ਹਾਜ਼ਰੀ ਲਵਾਉਣ ਵਾਸਤੇ ਲਿਖਣ ਵਾਸਤੇ ਕਿਤਾਬ ਨਹੀਂ ਲਿਖਣੀ ਜੇ ਜੇ ਤਸੱਲੀ ਨਹੀਂ ਹੋ ਤਾਂ ਨਹੀਂ ਲਿਖਾਂਗੇ ਕੋਈ ਗੱਲ ਨਹੀਂ ਸੋ ਮੈਂ ਲੱਗਿਆ ਰਿਹਾ ਇਸ ਗੱਲ ਤੇ ਲੱਗਿਆ ਰਿਹਾ ਕੁਝ ਗੱਲਾਂ ਲੱਭਣ ਦੀ ਕੋਸ਼ਿਸ਼ ਕੀਤੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਕੀਤਾ ਜਾਵੇ ਹੁਣ ਜਿਵੇਂ ਅਰਜੰਦਰ ਸਿੰਘ ਜਿਹੜਾ ਪਹਿਲਾ ਨੌਜਵਾਨ ਬੋਲ ਕੇ ਗਿਆ ਉਹਨੇ ਮਤਲਬ ਇਹ ਗੱਲ ਲਿਆਂਦੀ ਕਿ 2 ਸਾਲ ਉਹਨੇ 9ਵੀਂ ਤੇ 10ਵੀਂ ਉੜੀਸਾ ਦੇ ਵਿੱਚ ਜਾ ਕੇ ਪੜਿਆ ਤੇ ਉੜੀਸਾ ਦੇ ਵਿੱਚ ਕਿਉਂਕਿ ਰਾਸਸੀ ਜਾਗਰਤੀ ਪਹਿਲਾਂ ਆ ਗਈ ਸੀ ਇਸ ਕਰਕੇ ਉੱਥੋਂ ਉਹਨੂੰ ਰਾਸਸੀ ਜਾਗ ਲੱਗ ਗਈ ਹੁਣ ਜਦੋਂ ਮੈਂ ਸਾਰਾ ਘੋਖਿਆ ਇਹ ਬਿਲਕੁਲ ਝੂਠ ਗੱਲ ਬੰਗਾਲੀਆਂ ਦੀ ਰਾਸਸੀ ਜਾਗਰਤੀ ਕੀ ਸੀ ਸ੍ਰਾਬੇ ਦੀ ਰਾਸਸੀ ਜਾਗਰਤੀ ਕੀ ਸੀ ਉਹਨਾਂ ਨੂੰ ਜਾਗ ਕਿੱਥੋਂ ਲੱਗੀ ਇਹਨੂੰ ਜਾਗ ਕਿੱਥੋਂ ਲੱਗੀ ਬੜਾ ਫਰਕ ਹੈ ਉਹਨਾਂ ਦਾ ਆਜ਼ਾਦੀ ਦਾ ਸੁਪਨਾ ਸੰਕਲਪ ਕੀ ਸੀ ਸਰਾਬੇ ਦਾ ਬਾਬੇ ਭਕਣੇ ਦਾ ਗਾਦਰੀ ਸੰਗਰਾਮੀਆਂ ਦਾ ਕੀ ਸੀ ਬਹੁਤ ਫਰਕ ਹੈ ਛੋਟੀ ਜੀ ਉਦਾਹਰਨ ਆਪਾਂ ਸਮਝ ਗਏ ਵੀ ਇੱਥੋਂ ਤੁਸੀਂ ਲੁਧਿਆਣੇ ਦੀ ਬੱਸ ਫੜਦੇ ਹੋ ਸਰਾਬੇ ਤੋਂ ਸਾਰੀਆਂ ਸਵਾਰੀਆਂ ਲੁਧਿਆਣੇ ਦੀਆਂ ਹੁੰਦੀਆਂ ਉਸ ਬੱਸ ਦੇ ਵਿੱਚ ਪਰ ਲੁਧਿਆਣੇ ਜਾ ਕੇ ਕਈਆਂ ਦੀ ਮੰਜ਼ਿਲ ਲੁਧਿਆਣਾ ਹੀ ਹੁੰਦੀ ਹੈ ਕਈਆਂ ਦਾ ਸਫ਼ਰ ਉਦੋਂ ਬਹੁਤ ਅੱਗੇ ਵੀ ਹੁੰਦਾ ਹੈ ਪਰ ਲੱਗੂ ਏ ਕਿ ਆ ਸਾਰੀਆਂ ਸਵਾਰੀਆਂ ਲੁਧਿਆਣੇ ਦੀਆਂ ਹੀ ਆ। ਸੋ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਹੁੰਦੀ ਐ ਤਾਂ ਉਹਦੇ ਵਿੱਚ ਜਿਹੜੇ ਬੰਦੇ ਸ਼ਾਮਲ ਹੁੰਦੇ ਨਾ ਉਸੇ ਆਜ਼ਾਦੀ ਬਾਰੇ ਉਹਨਾਂ ਦਾ ਜਿਹੜਾ ਹੈਗਾ ਵਿਚਾਰ ਧਾਰਨਾ ਸੰਕਲਪ ਉਹ ਜ਼ਰੂਰੀ ਨਹੀਂ ਇੱਕ ਹੋਵੇ। ਨਿਸ਼ਾਨਾ ਲੱਗਦਾ ਇੱਕੋ ਹੀ ਐ ਪਰ ਉਹ ਨਿਸ਼ਾਨੇ ਬਾਰੇ ਸਮਝ ਬਹੁਤ ਵੱਖਰੀ ਐ। ਸੋ ਮੰਜ਼ਲਾਂ ਅਲੱਗ-ਅਲੱਗ ਪਈਆਂ ਉਹ ਤੋਂ ਬਾਅਦ ਜਾ ਕੇ ਸੋ ਇਹ ਜਦੋਂ ਜਿਹੜੀ ਉੜੀਸਾ ਦੀ ਗੱਲ ਕਰਦੇ ਪਹਿਲੀ ਗੱਲ ਤਾਂ ਉੜੀਸਾ ਦੇ ਵਿੱਚ ਉਹਨੇ ਸਿਰਫ 1 ਸਾਲ ਲਾਇਆ ਕਈ ਥਾਵਾਂ ਤੇ ਇਹ ਜੇਕਰ ਆ ਗਿਆ ਕਿਤੇ ਵੀ ਉਹਨੇ ਰਿਵਨੇਸ਼ਾ ਕਾਲਜ ਦੇ ਵਿੱਚ ਕਟਕ ਦੇ ਉੜੀਸਾ ਦਾ ਸ਼ਹਿਰ ਹੈ ਕਟਕ ਉਸ ਕਾਲਜ ਦੇ ਵਿੱਚ 1 ਸਾਲ ਪੜ੍ਹਾਈ ਕੀਤੀ 10ਵੀਂ ਤੋਂ ਬਾਅਦ ਪਰ ਮੈਂ ਜਦੋਂ ਸਾਰੇ ਤੱਥਾਂ ਦੀ ਖੋਜ ਕੀਤੀ ਤਾਂ ਲੱਗਿਆ ਕਿ ਨਹੀਂ ਕਿਉਂਕਿ ਸਾਲ ਜਦੋਂ ਮੇਲਦੇ ਆ ਉਹਦੇ ਜਨਮ ਤੋਂ ਲੈ ਕੇ ਉਦੀ ਮੌਤ ਤੱਕ ਜੋ ਉਹ ਕੰਮ ਕਰੀ ਜਾ ਰਿਹਾ ਜੇ ਉਹਨੇ ਦਸਵੀਂ ਕੀਤੀ ਹੈ ਕਿੰਨੇ ਸਾਲ ਦੇ ਨੇ ਕੀਤੀ ਹੋ ਕਿੰਨੇ ਸਾਲ ਦਾ ਪੜਨ ਲੱਗਿਆ ਉਹ ਅਮਰੀਕਾ 12 ਚ ਗਿਆ ਉਹ ਇਹ ਇਹ ਸਾਰੇ ਜਦੋਂ ਸਾਲ ਜੋੜਦੇ ਆ ਉਹ ਸਾਲ ਪੂਰੇ ਨਹੀਂ ਸੀ ਹੁੰਦੇ ਸੋ ਫੇਰ ਤਾਥੇ ਨਿਕਲਿਆ ਕਿ ਉਹਨੇ ਸਿਰਫ ਦਸਵੀਂ ਉੱਥੇ ਜਾ ਕੇ ਕੀਤੀ 1 ਸਾਲ ਰਵਨੇਸ਼ਾ ਕਾਲਜ ਦੇ ਵਿੱਚ ਇੱਕ ਸਕੂਲ ਸੀ ਉਸ ਮੌਕੇ ਕਾਲਜਾਂ ਦੇ ਵਿੱਚ ਹੀ ਸਕੂਲ ਹੁੰਦੇ ਸੀ ਜਿਹਨੂੰ ਕਾਲਜੀਅਟ ਸਕੂਲ ਕਹਿੰਦੇ ਹੁੰਦੇ ਸੀ ਅੰਮ੍ਰਿਤਸਰ ਖਾਲਸਾ ਕਾਲਜ ਦੇ ਵਿੱਚ ਵੀ ਖਾਲਸਾ ਸਕੂਲ ਸੀ ਉਹਨੂੰ ਕਾਲਜੀਅਟ ਸਕੂਲ ਕਹਿੰਦੇ ਸੀ ਸੋ ਸਰਬਾ ਨੇ ਰਵਨੇਸ਼ਾ ਕਾਲਜ ਦੇ ਕਾਲਜੀਅਟ ਸਕੂਲ ਚੋਂ 10ਵੀਂ ਕੀਤੀ ਹੁਣ ਇੱਕ ਤੱਥ ਵਾਰ-ਵਾਰ ਇਹ ਜੇਕਰ ਆਉਂਦਾ ਹੈ ਕਿ ਜਦੋਂ 7ਵੀਂ ਚ ਪੜਦਾ ਸੀ ਉਹਨੂੰ ਖਿਆਲ ਆਇਆ ਕਿ ਟਪੂਸੀ ਮਾਰ ਕੇ ਦੋ ਜਮਾਤਾਂ ਅੱਗੇ ਵੱਧ ਨਿਕਲਿਆ ਜਾਵੇ। ਉਹਨੇ 7ਵੀਂ ਚ ਪੜਦੇ ਨੇ ਉਹ ਸਕੂਲ ਚੋਂ ਜਿੱਥੇ 7ਵੀਂ ਚ ਪੜਦਾ ਸੀ ਸਰਟੀਫਿਕੇਟ ਲੈ ਲਿਆ 7ਵੀਂ ਦਾ। ਉਹ ਕੱਟ ਕੇ ਉਹਨੇ ਹਵਦੇ ਹੱਥ ਨਾਲ 9ਵੀਂ ਕਰ ਲਿਆ। ਤੇ ਅਗਲੇ ਸਕੂਲ ਚ ਜਾ ਕੇ 9ਵੀਂ ਜਮਾਤ ਚ ਦਾਖਲਾ ਲੈ ਲਿਆ। ਸਾਰੀਆਂ ਕਿਤਾਬਾਂ ਚ ਜਿੰਨੀਆਂ ਵੀ ਹੁਣ ਤੱਕ ਲਿਖੀਆਂ ਗਈਆਂ ਜਾਂ ਜੋ ਵੀ ਹੁਣ ਤੱਕ ਲਿਖਤਾ ਲਿਖੀਆਂ ਗਈਆਂ ਉਹਨਾਂ ਸਾਰਿਆਂ ਚ ਇਹੀ ਗੱਲ ਵਾਰ-ਵਾਰ ਦੁਹਰਾਈ ਜਾਂਦੇ। ਹੁਣ ਉਹ ਫੇਰ ਅਸੀਂ ਸਾਲ ਮੇਲਣ ਲੱਗੇ ਵੀ ਗੱਲ ਕੀ ਬਣੀ ਇਹ ਅੱਛਾ ਫੇਰ ਪੜਦੇ ਪੜਦੇ ਇਹ ਗੱਲ ਲੱਗੀ ਕਿ ਉਸ ਮੌਕੇ ਦੇ ਉੱਤੇ ਜਿਹੜਾ ਸਿਸਟਮ ਸੀ ਸਕੂਲਾਂ ਦਾ ਉਹ ਕੀ ਸੀ ਉਹ ਇਹ ਨਿਕਲਿਆ ਕਿ ਪ੍ਰਾਇਮਰੀ ਚੌਥੀ ਤੱਕ ਹੁੰਦੀ ਸੀ ਉਦੋਂ ਪ੍ਰਾਇਮਰੀ ਤੋਂ ਬਾਅਦ ਮਿਡਲ ਸਕੂਲ ਹੁੰਦਾ ਸੀ ਅੱਠਵੀਂ ਤੱਕ ਅੱਠਵੀਂ ਤੱਕ ਅੰਗਰੇਜ਼ੀ ਦਾ ਇੱਕ ਵੀ ਅੱਖਰ ਨਹੀਂ ਸੀ ਪੜਾਇਆ ਜਾਂਦਾ ਸਿਰਫ ਜਿਹੜੀ ਤੁਹਾਡੀ ਨੇਟਿਵ ਲੈਂਗੁਏਜ ਹੈ ਉਹੀ ਪੜਾਈ ਜਾਂਦੀ ਸੀ ਤੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਪੜਾਉਣ ਦੀ بجائے ਉਰਦੂ ਪੜਾਉਂਦੇ ਸੀ ਕਿਸੇ ਸਰਕਾਰੀ ਸਕੂਲ ਚ ਪੰਜਾਬੀ ਦਾ ਇੱਕ ਅੱਖਰ ਨਹੀਂ ਸੀ ਪੜਾਉਂਦੇ 8ਵੀਂ ਤੱਕ ਇਹ ਹਿੰਦੁਸਤਾਨ ਦੇ ਹੋਰ ਕਿਸੇ ਸੂਬੇ ਚ ਉਹਨਾਂ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ ਬਾਕੀ ਸਾਰੇ ਸੂਬਿਆਂ ਚ ਉਹਨਾਂ ਦੀ ਆਪਣੀ ਭਾਸ਼ਾ ਪੜਾਈ ਜਾਂਦੀ ਸੀ ਇਹ ਕਿਉਂ ਕੀਤਾ ਇਹਦੇ ਪਿੱਛੇ ਹੀ ਬਹੁਤ ਕਹਾਣੀ ਹੈ ਚਲੋ ਇਹਦੇ ਵਿੱਚ ਮੈਂ ਦੱਸਿਆ ਹੋਇਆ ਮੈਂ ਬਹੁਤਾ ਇੱਥੇ ਅੱਜ ਵਿਸਥਾਰ ਚ ਨਹੀਂ ਜਾਉਂ 8ਵੀਂ ਤੋਂ ਬਾਅਦ ਸਿੱਧਾ 9ਵੀਂ ਚ ਦਾਖਲਾ ਨਹੀਂ ਹੁੰਦਾ ਸੀ 8ਵੀਂ ਦਾ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਜਾਰੀ ਹੁੰਦਾ ਸੀ ਉਸ ਤੋਂ ਬਾਅਦ 2 ਸਾਲ ਜਿਹਨੂੰ ਕਹਿੰਦੇ ਸੀ ਜੂਨੀਅਰ ਤੇ ਸੀਨੀਅਰ ਸਿਰਫ ਅੰਗਰੇਜ਼ੀ ਪੜਾਈ ਜਾਂਦੀ ਸੀ ਹੋਰ ਕੋਈ ਸਬਜੈਕਟ ਨਹੀਂ ਉਹ ਜੂਨੀਅਰ ਪਾਸ ਕਰਨਾ ਤੇ ਸੀਨੀਅਰ ਪਾਸ ਕਰਨਾ ਉਹਨੂੰ ਕਹਿੰਦੇ ਸੀ ਉਹ 2 ਸਾਲ ਲਾ ਕੇ ਫੇਰ 9ਵੀਂ ਚ ਦਾਖਲਾ ਹੁੰਦਾ ਸੀ ਸੋ 7ਵੀਂ ਚੋਂ 9ਵੀਂ ਚ ਕਿਵੇਂ ਜਾ ਸਕਦਾ ਅੱਠਵੀਂ ਦਾ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਆਉ। ਜੂਨੀਅਰ ਤੇ ਸੀਨੀਅਰ ਪਾਸ ਕਰਨੀ ਪਊ। ਸੋ ਇਹ ਲੱਗਿਆ ਕਿ ਤੱਥ ਠੀਕ ਨਹੀਂ। ਸੋ ਇਸ ਤਰ੍ਹਾਂ ਮਤਲਬ ਜਿਹੜੇ ਕਿਸੇ ਨੇ ਇੱਕ ਗੱਲ ਲਿਖਤੀ ਦੂਜੀ ਕਿਸੇ ਨੇ ਘੋਖੀ ਨਾ ਦੂਜੇ ਨੇ ਦੂਜੇ ਨੇ ਵੀ ਉਹੀ ਰਿਪੀਟ ਕਰਤੀ ਤੀਜੇ ਨੇ ਅਖੀਰ ਨੂੰ ਉਹ ਸਚਾਈ ਬਨਣ ਲੱਗ ਜਾਂਦੇ ਆ ਲੋਕ। ਇਹ ਤਾਂ ਮੈਂ ਕੁਝ ਕੁ ਉਦਾਹਰਨਾਂ ਦਿੱਤੀਆਂ ਨਾ ਵੀ ਤੱਥ ਵਿਗੜਦੇ ਕਿਵੇਂ। ਸੋ ਮੇਰੇ ਮੁਤਾਬਕ ਕੁਫਰ ਜੋ ਸਾਰੀ ਖੋਜ ਬਣੀ ਜਿੰਨੀ ਇੱਕ ਅਜੇ ਵੀ ਇਹਦੇ ਵਿੱਚ ਬੜੇ ਗੈਪਸ ਪਏ ਤੇ ਇਹ ਇੱਕ ਮਨ ਚ ਸ਼ਿਕਵਾ ਵੀ ਹੈ ਕਿ ਇਤੋਂ ਪਹਿਲਾਂ ਜਿਹੜੇ ਵਿਦਵਾਨ ਹੋਏ ਜਦੋਂ ਅਜੇ ਸ਼ਹੀਦ ਭਗਤ ਸਿੰਘ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਾਥੀ ਜਿਉਂਦੇ ਸੀ ਸਰਾਭੇ ਦੀ ਸ਼ਹਾਦਤ ਤੋਂ 60 ਸਾਲ ਬਾਅਦ ਤੱਕ ਉਹ ਜਿਉਂਦੇ ਰਹੇ ਜਿਨ੍ਹਾਂ ਨੇ ਉਹਦੇ ਨਾਲ ਕੰਮ ਕੀਤਾ ਤੇ ਉਹਨਾਂ 60 ਸਾਲਾਂ ਚ ਕਿਸੇ ਦੇ ਮਨ 'ਚ ਇਹ ਨਾ ਆਈ ਕਿ ਸਰਾਬੇ ਬਾਰੇ ਕੁਝ ਪੁੱਛੀ ਲਈਏ ਇਹਨਾਂ ਤੋਂ ਇੱਕ ਵੀ ਮੈਨੂੰ ਇਸ ਤਰ੍ਹਾਂ ਦਾ ਉਦਾਹਰਨ ਨਹੀਂ ਮਿਲੀ ਵੀ ਕਿਸੇ ਨੇ ਜਾ ਕੇ ਉਹਨਾਂ ਨੂੰ ਇੰਟਰਵਿਊ ਕੀਤਾ ਹੋਵੇ ਵੀ ਯਾਰ ਸਾਨੂੰ ਸਰਾਬੇ ਬਾਰੇ ਦੱਸੋ ਮੈਨੂੰ ਲੱਗਿਆ ਵੀ ਕਿਉਂ ਨਹੀਂ ਕਿਸੇ ਦੇ ਮਨ 'ਚ ਉਤਸਕਤਾ ਪੈਦਾ ਹੋਈ ਫਿਰ ਮੈਨੂੰ ਇਹ ਲੱਗਿਆ ਕਿ ਅਸਲ ਦੇ ਵਿੱਚ ਗੱਲ ਕੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਚਿੱਤਰਕਾਰ ਦੀ ਜੀਵਨੀ ਲਿਖਣੀ ਹੈ ਜਿਹੜੇ ਬੰਦੇ ਨੂੰ ਚਿੱਤਰਕਾਰੀ ਦਾ ਪਤਾ ਨਹੀਂ ਉਸ ਕਲਾ ਦਾ ਪਤਾ ਨਹੀਂ ਉਹਦੀ ਜੀਵਨੀ ਕਿਵੇਂ ਲਿਖੇ ਜਦੋਂ ਕਿਸੇ ਸਾਇੰਸਦਾਨ ਬਾਰੇ ਜੀਵਨੀ ਲਿਖਣੀ ਹੈ ਜਿਹੜੇ ਬੰਦਿਆਂ ਨੂੰ ਉਸ ਖੇਤਰ ਦਾ ਪਤਾ ਨਹੀਂ ਉਹ ਸਾਇੰਸਦਾਨ ਨੂੰ ਕਿਵੇਂ ਡਿਸਕ੍ਰਾਈਬ ਕਰ ਦੂ ਸੋ ਮੈਨੂੰ ਲੱਗਿਆ ਕਿ ਸਰਾਵਾ ਇੱਕ ਇਨਕਲਾਬੀ ਸੀ ਲਸਾਨੀ ਕਿਸਮ ਦਾਨ ਕਲਾਬੀ ਮੈਨੂੰ ਤਾਂ ਜਦੋਂ ਉਹਦੀ ਕਿਤੇ ਉਹਦੇ ਬਾਰੇ ਕਿਸੇ ਨੇ ਕੋਈ ਲਾਈਨ ਲਿਖੀ ਜੋ ਮੈਨੂੰ ਲੱਗਦਾ ਸੀ ਕਿਉਂ ਤਾਂ ਬਹੁਤ ਵੱਡੀ ਚੀਜ਼ ਸੀ ਦੂਜੇ ਨੂੰ ਨਹੀਂ ਲੱਗਿਆ ਜਿਵੇਂ ਆਮ ਹੀ ਬੰਦਾ ਪੜ ਜਾਂਦਾ ਵੀ ਚਲੋ ਇੱਕ ਉਹ ਵੀ ਸੀ ਸੋ ਇਹ ਲੱਗਿਆ ਕਿ ਜਿਹੜੇ ਵਾਕੀ ਵਿਦਵਾਨ ਸੀ ਸ਼ਾਇਦ ਉਹਨਾਂ ਨੂੰ ਇਹ ਗੱਲ ਸ਼ਰਾਬੇ ਬਾਰੇ ਇਸ ਗੱਲ ਦੀ ਲੋੜ ਹੀ ਨਹੀਂ ਲੱਗੀ ਕਿਸੇ ਦੀ ਹਰਪਾਜਨ ਸਿੰਘ ਚਿਮਿੰਡਾ 1978 ਚ ਜਾ ਕੇ ਪੂਰਾ ਹੋਇਆ ਹੈ ਸ਼ਰਾਬਾ 1915 ਦੇ ਵਿੱਚ ਛੀਦ ਹੋਇਆ ਹੈ ਦੇਖੋ ਕਿੰਨੇ ਸਾਲ ਤੇ ਸਰਪਾਜਨ ਸਿੰਘ ਚਮਿੰਡਾ ਨੇ ਲਿਖਿਆ ਕਿ ਮੇਰੇ ਕੋਲੇ ਬਹੁਤ ਸਾਰਾ ਮਸਾਲਾ ਸੀ ਸਮਗਰੀ ਕਿਉਂਕਿ ਉਹ ਆਪ ਵੀ ਲਿਖਦਾ ਹੁੰਦਾ ਸੀ ਪੇਪਰ ਕੱਢਦਾ ਸੀ ਲਗਾਤਾਰ ਐਕਟਿਵ ਰਹਾ ਉਹ ਕਹਿੰਦਾ ਵੀ 1978 ਚ ਮੇਰੇ ਕੋਲੇ ਹਰੀਸ਼ਪੁਰੀ ਪ੍ਰੋਫੈਸਰ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਆਇਆ ਜਿਹੜਾ ਖੋਜ ਕਰ ਰਿਹਾ ਸੀ ਗਦਰ ਪਾਰਟੀ ਤੇ ਕਹਿੰਦਾ ਮੈਂ ਸਾਰਾ ਕੁਝ ਉਹਨੂੰ ਜਿੰਨਾ ਕੁਝ ਮੇਰੇ ਕੋਲੇ ਪਿਆ ਸੀ ਉਹਨੂੰ ਦਿੱਤਾ ਹਰੀਸ਼ਪੁਰੀ ਨੇ ਕਿਤਾਬ ਲਿਖੀ ਹੈ ਬਹੁਤ ਬੱਡੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਉਹਦੇ ਚ ਹਰ ਹਰਪਾਜਨ ਸਿੰਘ ਚਮਿੰਡਾ ਬਾਰੇ ਇੱਕ ਸ਼ਬਦ ਨਹੀਂ ਹਰਪਾਜਨ ਸਿੰਘ ਚਮਿੰਡਾ ਨੇ ਉਹਨੂੰ ਜੋ ਕੁਝ ਸੰਪਿਆ ਉਹਦੇ ਚ ਇੱਕ ਵੀ ਲਾਈਨ ਦਾ ਹਵਾਲਾ ਨਹੀਂ ਸੋ ਕਿੰਨੇ ਕੀਮਤੀ ਸੋਮਿਆਂ ਨੂੰ ਕਿਵੇਂ ਉਹਨਾਂ ਨੇ ਬੇਕਾਰ ਕੀਤਾ ਇਹ ਆਤਮ ਚੇਤ ਨਹੀਂ ਹੋਇਆ ਵੀ ਕਿਸੇ ਤੋਂ ਭੁੱਲ ਹੋ ਗਈ ਹੋਇਆ ਕੀ ਜਿਵੇਂ ਪਹਿਲੀ ਗੱਲ ਕੀਤੀ ਸੀ ਕਿ ਇੱਕੋ ਬਸ ਦੀਆਂ ਸਵਾਰੀਆਂ ਦੀ ਮੰਜ਼ਲਾ ਅਲੱਗ-ਅਲੱਗ ਹੁੰਦੀ ਐ ਆਜ਼ਾਦੀ ਦੇ ਸੰਘਰਸ਼ 'ਚ ਬਹੁਤ ਸਾਰੇ ਸ਼ਾਮਲ ਹੋਏ ਬੰਗਾਲੀ ਵੀ ਹੋਏ ਮਰਾਠੀ ਵੀ ਹੋਏ ਹੋਰ ਵੀ ਹੋਏ ਇਹ ਜਿਹੜੀਆਂ ਗਦਰ ਪਾਰਟੀ ਵਾਲੀਆਂ ਸਵਾਰੀਆਂ ਸੀ ਇਹ ਉਹਨਾਂ ਵਰਗੀਆਂ ਨਹੀਂ ਸੀ ਜੋ ਆਜ਼ਾਦੀ ਦਾ ਸੰਕਲਪ ਇਹਨਾਂ ਦਾ ਸੀ ਤੇ ਜੋ ਉਹਨਾਂ ਦਾ ਸੀ ਉਹ 'ਚ ਬੜਾ ਫਰਕ ਸੀ ਆਮ ਤੌਰ ਤੇ ਉਹ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਚੱਲਦੀ ਹੈ ਉਹ ਚ ਦੋ ਕਿਸਮ ਦੇ ਬੰਦੇ ਆਉਂਦੇ ਨੇ ਇੱਕ ਉਹ ਜਿਨ੍ਹਾਂ ਨੇ ਰਾਜ ਲੈਣਾ ਹੁੰਦਾ ਉਹ ਰਾਜ ਕਰਨ ਦੀ ਪਿੱਛੇ ਲਾਲਸਾ ਕਈ ਹੁੰਦੀ ਹੈ ਕਿ ਇਹਨਾਂ ਨੂੰ ਕੱਢ ਕੇ ਅੰਗਰੇਜ਼ਾਂ ਨੂੰ ਅਸੀਂ ਰਾਜ ਕਰਾਂਗੇ ਇੱਕ ਉਹ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਰਾਜ ਤੱਕ ਕੋਈ ਮਤਲਬ ਨਹੀਂ ਕਿ ਰਾਜ ਤਾਂ ਇੱਕ ਵਸੀਲਾ ਇੱਕ ਸਾਧਨ ਹੈ ਨਿਸ਼ਾਨੇ ਉਹ ਤੋਂ ਵੱਡੇ ਨੇ ਕਿਤੇ ਉਹ ਕੱਲੇ ਇੱਕ ਦੇਸ਼ ਤੱਕ ਵੀ ਸੀਮਤ ਨਹੀਂ ਜਿਨ੍ਹਾਂ ਕੋਲ ਮਨੁੱਖਤਾ ਦਾ ਦਰਦ ਆ ਸਾਰੀ ਦਾ ਜਿਨ੍ਹਾਂ ਨੂੰ ਸਾਰੀ ਪ੍ਰithvi ਜਲਦੀ ਨਜ਼ਰ ਆਉਂਦੀ ਹੈ ਕੋਈ ਇੱਕ ਖਿੱਤਾ ਨਹੀਂ ਇੱਕ ਆਪਦਾ ਪਿੰਡ ਆਪਦਾ ਇਲਾਕਾ ਜਾਂ ਆਪਦਾ ਦੇਸ਼ ਨਹੀਂ ਉਹਨਾਂ ਦੀ ਨਜ਼ਰ ਉਹਨਾਂ ਦਾ ਵਿਜਨ ਉਹਨਾਂ ਦੀ ਦ੍ਰਿਸ਼ਟੀ ਬਹੁਤ ਵੱਡੀ ਹੁੰਦੀ ਹੈ ਸੋ ਇਹ ਜਿਹੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀ ਸੀ ਇਹ ਇੱਕ ਹੋਰ ਦ੍ਰਿਸ਼ਟੀ ਲੈ ਕੇ ਦੇਸ਼ ਨੂੰ ਆਜ਼ਾਦ ਕਰਾਉਣ ਚੱਲੇ ਸੀ ਉਹ ਦ੍ਰਿਸ਼ਟੀ ਉਹਨਾਂ ਲੋਕਾਂ ਨੂੰ ਮਵਾਫਕ ਨਹੀਂ ਸੀ ਜਿਨ੍ਹਾਂ ਦੀ ਮੰਜ਼ਿਲ ਸਿਰਫ ਰਾਜ ਕਰਨਾ ਸੀ ਸੋ ਜਦੋਂ ਉਹਨਾਂ ਦੇ ਹੱਥ 'ਚ ਰਾਜ ਆ ਗਿਆ ਉਹਨਾਂ ਨੇ ਇਸ ਦ੍ਰਿਸ਼ਟੀ ਨੂੰ ਇਸ ਵਿਚਾਰਧਾਰਾ ਨੂੰ ਇਹਨਾਂ ਗੱਲਾਂ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਵੀ ਇਹ ਗੱਲਾਂ ਸਾਹਮਣੇ ਨਾ ਆਉਣ ਸੋ ਇਹ ਚੱਲਿਆ ਸਿਰਸਲਾ ਸਕੂਲਾਂ ਕਾਲਜਾਂ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ ਉਹਨਾਂ ਨੇ ਇਹਨਾਂ ਗੱਲਾਂ ਨੂੰ ਸਾਹਮਣੇ ਨਹੀਂ ਲਿਆਂਦਾ ਸੋ ਇੱਕ ਤਾਂ ਇਹ ਪੱਖ ਬਣਦਾ ਦੂਜੀ ਗੱਲ ਇਸ ਤਰ੍ਹਾਂ ਦੀਆਂ ਉਦਾਹਰਨਾਂ ਜਿਹੜੀ ਤੱਥਾਂ ਦੀਆਂ ਗੜਬੜਾਂ ਕਿਵੇਂ ਹੋਈਆਂ ਉਹ ਤੁਸੀਂ ਇਹ ਕਿਤਾਬ ਪੜ੍ਹੋਗੇ ਤਾਂ ਇਹਦੇ ਚੋਂ ਮਿਲ ਜਾਣਗੀਆਂ ਇੱਕੋ ਹੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਬੰਗਾਲ ਦੇ ਵਿੱਚੋਂ ਦੋ ਬੰਦੇ ਆਏ ਇੱਥੇ ਜਦੋਂ ਗਦਰ ਕਰਨਾ ਸੀ ਇੱਕ ਰਾਸ ਵਿਹਾਰੀ ਬੋਸ ਜਿਹੜਾ ਬਹੁਤ ਵੱਡਾ ਲੀਡਰ ਸੀ ਸੂਰਮਾ ਵੀ ਸੀ ਜਿਹਨੇ ਹਾਰਡਿੰਗ ਦੇ ਉੱਤੇ ਦਿੱਲੀ 'ਚ ਬੰਬ ਸੁੱਟਿਆ ਸੀ ਜਿਹੜਾ ਵਾਇਸ ਰਾਏ ਸੀ ਹਿੰਦੁਸਤਾਨ ਦਾ ਵਾਇਸ ਰਾਏ ਬਚ ਗਿਆ ਸੀ ਜ਼ਖਮੀ ਹੋ ਗਿਆ ਸੀ ਪਰ ਇਹ ਫਿਰ ਅੰਡਰਗਰਾਉਂਡ ਹੋ ਗਿਆ ਸੀ ਸੋ ਇਹ ਆ ਕੇ ਇਹਨੇ ਪੰਜਾਬ ਦੇ ਵਿੱਚ ਆ ਕੇ ਜਨਵਰੀ ਦੇ ਵਿੱਚ ਡੇਰਾ ਲਾ ਲਿਆ ਸੀ ਕਿ ਵਿਗਾਵਤ ਕਰਨ ਵਾਸਤੇ ਅੰਮ੍ਰਿਤਸਰ ਤੇ ਲਾਹੌਰ ਦੇ ਵਿੱਚ ਟਿਕਾਣੇ ਬਣਾ ਕੇ ਉੱਥੋਂ ਸਾਰੇ ਕੁਝ ਨੂੰ ਗਾਈਡ ਕਰ ਰਿਹਾ ਸੀ ਤੇ ਉਹਦਾ ਅਸਿਸਟੈਂਟ ਸੀ ਸੁਚਿੰਦਰਨਾਥ ਸੁਨਿਆਨ ਸੋ ਰਾਸ ਵਿਹਾਰੀ ਵੋਸਤ ਜਦੋਂ ਗਦਰ ਦੀ ਸਕੀਮ ਫੇਲ ਹੋ ਗਈ ਬਾਹਰ ਨਿਕਲ ਗਿਆ ਉਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਪ੍ਰੋਫੈਸਰ ਪੂਰਨ ਸਿੰਘ ਕੋਲੇ ਰਿਹਾ ਉਸ ਮੌਕੇ ਦੇ ਉੱਤੇ ਪ੍ਰੋਫੈਸਰ ਪੂਰਨ ਸਿੰਘ ਨੇ ਉਹਨੂੰ ਜਾਪਾਨ ਦੇ ਵਿੱਚ ਕੱਢਿਆ ਜਾਪਾਨ ਭੇਜਿਆ ਚੋਰੀੋਂ ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਜਾਪਾਨ 'ਚ ਬਹੁਤ ਚਿਰ ਰਹਿ ਕੇ ਆਏ ਸੀ ਸੋ ਉਹditta ਫਿਰ ਉੱਥੇ ਹੀ ਮੌਤ ਹੋਗੀ ਬਾਅਦ ਦੇ ਵਿੱਚ ਸਚਿੰਦਰਨਾਥ ਸਨਿਆਲ ਜਿਹੜਾ ਉਹ ਬਹੁਤ ਜੁਰ ਸਰਗਰਮ ਰਿਹਾ ਗਦਰ ਪਾਰਟੀ ਆਣਾਂ ਨਾਲ ਪਹਿਲਾਂ ਸਰਾਬੇ ਹੋਰਿਆਂ ਨਾਲ ਸਾਰਿਆਂ ਨਾਲ ਚੱਲਿਆ ਉਸ ਤੋਂ ਬਾਅਦ ਉਹਨੇ ਪੰਜਾਬ ਦੇ ਜੁਪੀ ਦੇ ਵਿੱਚ ਜਿਹੜਾ ਸ਼ਹੀਦ ਕਰਤਾ ਆਪਣਾ ਭਗਤ ਸਿੰਘ ਦਾ ਗਰੁੱਪ ਸੀ ਰਾਮ ਪ੍ਰਸਾਦ ਬਿਸਮਲ ਚੰਦਰ ਸ਼ੇਖਰ ਆਜ਼ਾਦ ਇਹਨਾਂ ਨੂੰ ਸਾਰਿਆਂ ਨੂੰ ਉਹਨੇ ਜਥੇ ਬੰਦ ਕੀਤਾ ਉਹਨੇ ਸ਼ਹੀਦ ਦਿੱਤੀ ਉਹ ਚੰਗਾ ਵਿਦਵਾਨ ਵੀ ਸੀ ਤੇ ਚੰਗਾ ਕਰਮ ਜੋਗੀ ਵੀ ਸੀ ਉਸ ਨੇ ਆਪਦੀ ਜਿਹੜੀ ਸਵੈ ਜੀਵਨੀ ਉਹਦੇ ਵਿੱਚ ਇੱਕ ਤੱਥ ਦਾ ਜ਼ਿਕਰ ਕੀਤਾ ਹੈ ਕਿ ਜਦੋਂ 15 ਫਰਵਰੀ ਨੂੰ ਨਾ 12 ਫਰਵਰੀ 1915 ਨੂੰ ਜਿੱਦ ਦਿਨ ਬਗਾਵਤ ਕਰਨ ਦਾ ਦਿਨ ਤੈਅ ਹੋਇਆ ਕਿ 21 ਫਰਵਰੀ ਨੂੰ ਆਪਾਂ ਬਗਾਵਤ ਕਰਨੀ ਹੈ ਲਾਹੌਰ ਮੋਚੀ ਗੇਟ ਕੋਲੇ ਉਹਨਾਂ ਦਾ ਕਮਰਾ ਹੁੰਦਾ ਸੀਗਾ ਮਕਾਨ ਕਿਰਾਏ ਤੇ ਲਿਆ ਜਿਹੜਾ ਮੇਨ ਉਹਨਾਂ ਦਾ ਅੱਡਾ ਸੀ ਉੱਥੇ ਮੀਟਿੰਗ ਹੋਈ ਜ ਜਦੋਂ ਤਰੀਕ ਤੈਅ ਕਰ ਲਈ ਨਾਲ ਫਿਰ ਇਹ ਏਜੰਡਾ ਆ ਗਿਆ ਕਿ ਉਸ ਦਿਨ ਆਪਾਂ ਝੰਡਾ ਕਿਹੜਾ ਚਲਾਉਣਾ ਹੈ ਕਿ ਜਦੋਂ ਜਦੋਂ ਆਪਾਂ ਸ਼ੌਣੀਆਂ ਤੇ ਕਬਜ਼ੇ ਕਰ ਲਏ ਤਾਂ ਝੰਡਾ ਕਿਹੜਾ ਚਲਾਉਣਾ ਝੰਡਾ ਤਿਆਰ ਕਰੋ ਸਚਿੰਦਰ ਨਾਥ ਸਨਿਆਲ ਨੇ ਲਿਖਿਆ ਕਿ ਜਦੋਂ ਝੰਡਾ ਤਿਆਰ ਕਰਨ ਲੱਗੇ ਉਹਦੇ 'ਚ ਦੋ ਰੰਗ ਪਾਏ ਗਏ ਸੀ ਪਹਿਲਾਂ ਇੱਕ ਹਰਾ ਤੇ ਇੱਕ ਸੈਫਰ ਜਿਹਨੂੰ ਆਪਾਂ ਕਹਿੰਦੇ ਆ ਕੇਸਰੀ ਭਗਵਾ ਕਿ ਦੋ ਭਾਈਚਾਰਿਆਂ ਦੀ ਏਕਤਾ ਦਾ ਪ੍ਰਤੀਕ ਇੱਕ ਮੁਸਲਮਾਨ ਦੂਜਾ ਹਿੰਦੂ ਇਹ ਉਹਨੇ ਲਿਖਿਆ ਕਹਿੰਦਾ ਉਸ ਮੀਟਿੰਗ ਚ ਸਿੱਖਾਂ ਨੇ ਇਹ ਪੋਜੀਸ਼ਨ ਰੱਖੀ ਕਿ ਸਾਡਾ ਰੰਗ ਵੀ ਪਾਓ ਤੇ ਉਹਨੇ ਸ਼ਬਦ ਦੇ ਵਰਤਨ ਕਹਿੰਦਾ ਸਿੱਖਾਂ ਨੇ ਬਹੁਤ ਜ਼ੋਰ ਦੇ ਕੇ ਫਿਰ ਆਪਦਾ ਰੰਗ ਪਵਾਇਆ ਹੁਣੇ ਬੰਦਾ ਆਮ ਪੜ ਜਾਂਦਾ ਵੀ ਠੀਕ ਐ ਸਿੱਖਾਂ ਨੇ ਇਹ ਜੋਰ ਨਾ ਮੰਗ ਰੱਖੀ ਤੇ ਆਪਦਾ ਰੰਗ ਫਵਾਇਆ ਹੁਣ ਜਿਹੜਾ ਜੋਰ ਪਾ ਕੇ ਕਹਿਣਾ ਵੀ ਜੋਰ ਪਾ ਕੇ ਫਵਾਇਆ ਜਿਹਦਾ ਮਤਲਬ ਕਿਸੇ ਨੇ ਵਿਰੋਧ ਕੀਤਾ ਹੋਊ ਵੀ ਨਹੀਂ ਪਹਿਣ ਦੇਣਾ ਚਾਹੀਦਾ ਉਹ ਕਿਨੇ ਵਿਰੋਧ ਕੀਤਾ ਹੋ ਜੋਰ ਕਿਉਂ ਪਾਉਣਾ ਪਿਆ ਸਿੱਖਾਂ ਨੂੰ ਇੱਕ ਤਾਂ ਇਹ ਸਵਾਲ ਦੂਜਾ ਉਸ ਮੀਟਿੰਗ ਚ ਬੰਦੇ ਕੌਣ ਕੌਣ ਸੀ ਪੜਾ ਦੇਖੋ ਜਦੋਂ ਅਸੀਂ ਉਹ ਖੋਜ ਕੀਤੀ ਤਾਂ ਉਹਦੇ ਚ ਸਿਰਫ ਚਾਰ ਸਿੱਖ ਹਾਜ਼ਰ ਸੀ ਇੱਕ ਕਰਤਾਰ ਸਿੰਘ ਸਰਾਭਾ ਸੀ ਤੇ ਦੂਜਾ ਬਾਬਾ ਹਰਨਾਮ ਸਿੰਘ ਜੀ ਨੂੰ ਟੁੰਡੀ ਲਾਟ ਕਹਿੰਦੇ ਆ ਉਹ ਸੀ ਬਾਬਾ ਹਰਨਾਮ ਸਿੰਘ ਜੀ ਦਾ ਟੁੰਡੀ ਲਾਟ ਹੈ ਟੁੰਡੀ ਲਾਟ ਨੂੰ ਤਾਂ ਕਹਿੰਦੇ ਸੀ ਕਿ ਉਹਦਾ ਬੰਬ ਬਣਾਉਂਦੇ ਦਾ ਹੱਥ ੁੱਟ ਗਿਆ ਸੀ ਉਹ ਹੱਥ ਵੀ ਇੱਕ ਹਿਸਾਬ ਨਾਲ ਕਰਤਾਰ ਸਿੰਘ ਸਰਾਭਾ ਦੇ ਪੈਰੋਂ ਹੀ ਗਲਤੀ ਨਹੀਂ ਮਲ ਕਰਤਾਰ ਸਿੰਘ ਸਰਾਭਾ 'ਚ ਇੱਕ ਅਜੀਬ ਕਿਸਮ ਦਾ ਜੋਸ਼ ਸੀ ਕਿ ਅਮਰੀਕਾ ਦੇ ਵਿੱਚ ਇਹ ਬੰਬ ਬਣਾਉਣ ਦੀ ਟ੍ਰੇਨਿੰਗ ਲਈ ਬਾਬਾ ਹਰਨਾਮ ਸਿੰਘ ਨੇ ਤੇ ਇੱਕ ਦਿਨ ਫੈਕ੍ਰੋਮੈਂਟਲ ਸੈਕਰਾਮੈਂਟੋ ਦੇ ਵਿੱਚ ਜਲਸਾ ਹੋਇਆ ਉਸ ਮੌਕੇ ਸਰਾਬੇ ਦੀ ਗੁੱਟ ਤੇ 6:00 ਵਜੇ ਹੋਈ ਸੀ ਹਸਪਤਾਲ 'ਚ ਸੀ ਇਹ ਪਰ ਇਹ ਗੁੱਟ ਬਣਾ ਕੇ ਉਸ ਕਾਨਫਰੰਸ 'ਚ ਆਇਆ ਕਾਨਫਰੰਸ ਤੋਂ ਬਾਅਦ ਉੱਥੇ ਨੇੜੇ ਬਾਬਾ ਵਿਸਾਖਾ ਸਿੰਘ ਤੇ ਭਾਈ ਜਵਾਲਾ ਸਿੰਘ ਤੇ ਸੰਤੋਖ ਸਿੰਘ ਦਾ ਫਾਰਮ ਸੀ ਹੌਲਟ ਫਾਰਮ ਸਟਾਕਟਨ ਦੇ ਨੇੜੇ ਬਹੁਤ ਵੱਡਾ ਉੱਥੇ ਚਲੇ ਗਏ ਰਾਤ ਨੂੰ ਉੱਥੇ ਜਾ ਕੇ ਉਹਨਾਂ ਨੇ ਕਿਹਾ ਉਹਨੂੰ ਹਰਨਾਮ ਸਿੰਘ ਨੂੰ ਵੀ ਜਿਹੜੇ ਬੰਬਾਂ ਦੀ ਤੂੰ ਟ੍ਰੇਨਿੰਗ ਲਈ ਹੈ ਸਾਨੂੰ ਵੀ ਦੱਸ ਸਰਾਬੇ ਨੇ ਉਹ ਬੰਬ ਬਣਾ ਕੇ ਉਹਨੇ ਟੈਸਟ ਕਰ ਕਰਕੇ ਦਿਖਾਈ ਗਿਆ ਪਿੱਛੋਂ ਮਸਾਲਾ ਬਚ ਰਿਹਾ ਵਾਵਾ ਤੇ ਹਰਨਾਮ ਸੁਨੇ ਲਿਖਿਆ ਕਹਿੰਦਾ ਜਿਨੇ ਮੈਨੂੰ ਗੋਰੇ ਨੇ ਟ੍ਰੇਨਿੰਗ ਦਿੱਤੀ ਸੀ ਉਹ ਇਹਨੇ ਇਹ ਕਿਹਾ ਸੀ ਵੀ ਜਿਹੜਾ ਪਿੱਛੋਂ ਬਚ ਰਹਿੰਦਾ ਹੈ ਉਹਨੂੰ ਛੁੱਟ ਦਿਓ ਬਸ ਕਿਉਂਕਿ ਉਹ ਕਿਤੇ ਵੀ ਮਾੜੀ ਮੋਟੀ ਸੱਟ ਲੱਗਣ ਨਾਲ ਉਸ ਮੌਕੇ ਬੜੇ ਕ੍ਰੂਟ ਦੇ ਬੰਬ ਹੁੰਦੇ ਸੀ ਵੀ ਉਹ ਚੱਲ ਸਕਦਾ ਹੁੰਦਾ ਉਹ ਕਹਿੰਦਾ ਮੈਂ ਕੁਝ ਪੰਪ ਬਣਾ ਕੇ ਉਹਨਾਂ ਨੂੰ ਦਿਖਾਏ ਤੇ ਮੁੜ ਕੇ ਜਿਹੜਾ ਬਚ ਰਿਹਾ ਸ਼ਰਾਬਾ ਕਹਿੰਦਾ ਵੀ ਛੁੱਟੀ ਨਾ ਜਾ ਰ ਇਹਨਾਂ ਦੀ ਵੀ ਇਹਦਾ ਕੋਈ ਵੱਡਾ ਪੰਪ ਬਣਾ ਕੇ ਟੈਸਟ ਕਰਾਂਗੇ ਕੋਈ ਗੱਲ ਨਹੀਂ ਜੀ ਤੂੰ ਰੱਖ ਛੱਡ ਤੇ ਇਹ ਕਹਿ ਕੇ ਸ਼ਰਾਬਾ ਤਾਂ ਗੱਡੀ ਚੜ ਗਿਆ ਸੈਨ ਫਰਾਂਸਿਸਕੋ ਨੂੰ ਤੇ ਉਹ ਕਹਿੰਦਾ ਵੀ ਮੈਂ ਹੱਥ ਨਾਲ ਐ ਇਕੱਠਾ ਕਰਨ ਲੱਗ ਗਿਆ ਮਸਾਲਾ ਉਹ ਇਕੱਠਾ ਕਰਕੇ ਜਿਵੇਂ ਐ ਹੁੰਦਾ ਵੀ ਉਹਨੂੰ ਐ ਲੱਡੂਜਾ ਬਣਾਈਦਾ ਉਦੋਂ ਦਬਾਅ ਪਿਆ ਉਹ ਪੰਪ ਚੱਲ ਗਿਆ ਉਹਦੇ ਨਾਲ ਉਹਦਾ ਇੱਥੋਂ ਤੱਕ ਵਾਹ ਉੱਡ ਗਈ। ਸੋ ਉਸੇ ਮੌਕੇ ਉਹਨੂੰ ਫਿਰ ਉੱਥੋਂ ਬਾਬਾ ਭਾਕਣਾ ਹੀ ਉੱਥੇ ਹਾਜ਼ਰ ਸੀਗੇ। ਬਾਬਾ ਸਹਣਸੂ ਭਾਕਣਾ ਉਹਨੂੰ ਲੈ ਕੇ ਗਏ। ਹਸਪਤਾਲ ਲੈ ਕੇ ਗਏ। ਇੱਕ ਘੋੜਾ ਗੱਡੀ ਦੇ ਉੱਤੇ ਕਰਕੇ ਉੱਥੇ ਕਿਸੇ ਮੁਸਲਮਾਨ ਦੇ ਨਾਂ 'ਤੇ ਹਸਪਤਾਲ 'ਚ ਨੂੰ ਐਡਮਿਟ ਕਰਵਾਇਆ। ਅਗਲੇ ਦਿਨ ਅਖਬਾਰਾਂ 'ਚ ਖਬਰਾਂ ਲੱਗ ਗਈਆਂ। ਕੁਦਰਤੀ ਬਚਾਅ ਇਹ ਹੋ ਗਿਆ ਕਿ 5 ਜੁਲਾਈ ਦਾ ਦਿਨ ਸੀ ਉਹਦਣ। 4 ਜੁਲਾਈ ਅਮਰੀਕਾ ਦਾ ਆਜ਼ਾਦੀ ਦਾ ਦਿਨ ਹੈ। ਇਹਨਾਂ ਨੇ ਕਹਾਣੀ ਇਹ ਬਣਾ ਲਈ ਕਿ ਅਸੀਂ ਅਮਰੀਕਾ ਦੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਸੀ ਰਾਤ ਨੂੰ ਉੱਥੇ ਪਟਾਕੇ ਚਲਾ ਰਹੇ ਸੀ ਉੱਥੇ ਚਲਾਉਂਦੇ ਨਾ ਉਹ ਤੇ ਇਸ ਕਰਕੇ ਫਟ ਇਸ ਕਰਕੇ ਇਸ ਨੂੰ ਪਤਾ ਹੀ ਨਹੀਂ ਲੱਗਿਆ ਚਲੋ ਉਹ ਗੱਲ ਵੱਖਰੀ ਹੈ ਮੈਂ ਉਸ ਮੀਟਿੰਗ ਦੀ ਗੱਲ ਕਰ ਰਿਹਾ ਸੀ ਕਿ ਬਾਬਾ ਹਰਨਾਮ ਸਿੰਘ 'ਚ ਉਹਨਾਂ ਸਿੱਖ ਧਾਰਮਿਕ ਜਜ਼ਬਾ ਨਹੀਂ ਸੀ ਸਾਰਿਆਂ ਨੂੰ ਪਤਾ ਕਿਉਂਕਿ ਬਾਅਦ ਦੇ ਵਿੱਚ ਉਹਦੀਆਂ ਜੋ ਲਿਖਤਾਂ ਉਹ ਤੋਂ ਪਤਾ ਲੱਗਦਾ ਹੈ ਇਸ ਕਰਕੇ ਭਾਈ ਹਰਨਾਮ ਸਿੰਘ ਤਾਂ ਇਸ ਗੱਲ ਤੇ ਬੜਾ ਜ਼ੋਰ ਨਹੀਂ ਪਾ ਸਕਦਾ ਵੀ ਉਹਨੇ ਜ਼ੋਰ ਪਾਇਆ ਹੋ। ਸੋ ਲੈ ਦੇ ਕੇ ਕਰਤਾਰ ਸਿੰਘ ਸ਼ਰਾਬ ਵੀ ਬਚਦਾ ਉਹਨਾਂ ਚੋਂ। ਜਿਹੜੇ 4 ਬੰਦੇ ਹਾਜ਼ਰ ਸੀ। ਹੁਣ ਜੇ ਕਰਤਾਰ ਸਿੰਘ ਸ਼ਰਾਬ 'ਤੇ ਜ਼ੋਰ ਪਾ ਰਿਹਾ ਹੈ ਵੀ ਸਿੱਖਾਂ ਦਾ ਰੰਗ ਵੀ ਵਿੱਚ ਹੋਣਾ ਚਾਹੀਦਾ ਹੈ। ਤਾਂ ਇਹ ਬੜੀ ਸਿਗਨੀਫੀਕੈਂਟ ਗੱਲ ਹੈ। ਇੱਥੋਂ ਦੇ ਜੱਜ ਦੇ ਦਾ ਉਹਦੀ ਸੋਚ ਦਾ ਉਹ ਪਤਾ ਲੱਗਦਾ। ਕੀ ਸੀ? ਸੋ ਕਿਉਂਕਿ ਬਾਅਦ ਦੇ ਵਿੱਚ ਬਾਣੇ ਗਿਆ ਇੱਕ ਕਿ ਧਰਮ ਦੀ ਗੱਲ ਕਰਨਾ ਇਹ ਬੜੀ ਮਾੜੀ ਗੱਲ ਹੈ ਇਹਦੇ ਨਾਲ ਤੰਗ ਨਜ਼ਰੀ ਪੈਦਾ ਹੁੰਦੀ ਹੈ ਇਹ ਫਿਰਕਾ ਪ੍ਰਸਤੀ ਹੈ ਇਹ ਜਚਾਤੀਆਂ ਮਣਾ ਦੇ ਵਿੱਚ ਧਾਰਨਾਵਾਂ ਇਸ ਕਰਕੇ ਇਹਨਾਂ ਗੱਲਾਂ ਨੂੰ ਪਾਸੇ ਕੱਢਦਾ ਫਿਰ ਇਹ ਤੱਥ ਹੀ ਨਹੀਂ ਲੈਂਦਾ ਕਿਸੇ ਨੇ ਵੀ ਕੋਈ ਝੰਡਾ ਵੀ ਇਸ ਤਰ੍ਹਾਂ ਦਾ ਬਣਿਆ ਸੀ ਕੋਈ ਰੌਲਾ ਵੀ ਪਿਆ ਸੀ ਚਲੋ ਇਸ ਤੱਕ ਤਾਂ ਕੀ ਨੇ ਜਾਣੇ ਕਿ ਉਹ ਮੀਟਿੰਗ 'ਚ ਬੰਦੇ ਕਿਹੜੇ ਕਿਹੜੇ ਹਾਜ਼ਰ ਸੀ ਸੋ ਕਿਤਾਬ 'ਚ ਉਹ ਚਾਰਾਂ ਬੰਦਿਆਂ ਦੇ ਨਾਮ ਦਿੱਤੇ ਨੇ ਤੇ ਜਿਹਨੇ ਵਿਰੋਧ ਕੀਤਾ ਹੋ ਉਹ ਰਾਸ बिहारी बोस ਤੋਂ ਬਿਨਾ ਹੋਰ ਕੋਈ ਬੰਦਾ ਨਹੀਂ ਕਿਉਂਕਿ ਦੋ ਹਿੰਦੂ ਆ ਉੱਤੇ ਸਿਰਫ ਮੁਸਲਮਾਨ ਕੋਈ ਨਹੀਂ ਇੱਕ ਜਮਨਾਦਾਸ ਆ ਜਿਹੜਾ ਉਹਦਾ ਅਸਿਸਟੈਂਟ ਸੀ ਚਾਹ ਪਾਣੀ ਬਣਾਉਣ ਵਾਸਤੇ ਤੇ ਇੱਕ ਰਾਸ बिहारी बोस ਹੈ ਹੁਣ ਰਾਸ बिहारी बोस ਇਨਕਲਾਬੀ ਹੈ ਬਹੁਤ ਤਾਕੜਾ ਯੋਧਾ ਹੈ ਪਰ ਇਹਦੇ باوجود ਕਿਤੇ ਨਾ ਕਿਤੇ ਮੰਨਦੇ ਵਿੱਚ ਜਿਹੜੀ ਉਹ ਗੱਲ ਪਈ ਹੈ ਤੇ ਨਹੀਂ ਸਿੱਖ ਸਾਡਾ ਹੀ ਹਿੱਸਾ ਸੋ ਇਹ ਗੱਲਾਂ ਖੋਖਣ ਵਾਲੀਆਂ ਹੁੰਦੀਆਂ ਹਨ ਇਤਿਹਾਸ ਦੇ ਇਹਨਾਂ ਗੱਲਾਂ ਦੇ ਅਰਥ ਬੜੇ ਡੂੰਗੇ ਹੁੰਦੇ ਨੇ ਸੋ ਬਹੁਤੇ ਮੈਂ ਇਸ ਆਪਾ ਬੜੇ ਹੋਰ ਹਵਾਲੇ ਦਿੱਤੇ ਜਾਂਦੇ ਨੇ ਬਹੁਤੇ ਨਹੀਂ ਮੈਂ ਇੱਕ ਤੁਹਾਨੂੰ ਜਿਵੇਂ ਦਾਲ 'ਚੋਂ ਕੁਝ ਦਾਣੇ ਕੱਢ ਕੇ ਛਕਾਈਦੇ ਹੁੰਦੇ ਨੇ ਉਸ ਤੋਂ ਪਤਾ ਲੱਗ ਜੂ ਕਿ ਇਤਿਹਾਸ ਕਿਵੇਂ ਵਿਗੜਿਆ ਅਗਲੀ ਗੱਲ ਜਦੋਂ ਮੈਂ ਕਿਤਾਬ ਲਿਖਣ ਲੱਗਿਆ ਤਾਂ ਮੈਨੂੰ ਇਹ ਸੀ ਵੀ ਦਾ ਟਾਈਟਲ ਕੀ ਰੱਖਿਆ ਜਾਵੇ ਟਾਈਟਲ ਦਾ ਮਤਲਬ ਹਾਊ ਟੂ ਡਿਸਕ੍ਰਾਈਬਸ ਰੱਬਾ ਕਿਉਂਕਿ ਟਾਈਟਲ ਤੋਂ ਸ੍ਰਬਾ ਡਿਸਕ੍ਰਾਈਬ ਹੋਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਬਹੁਤ ਸਾਰੇ ਪਹਿਲਾਂ ਵੀ ਕਿਤਾਬਾਂ ਲਿਖੀਆਂ ਬੰਦਿਆਂ ਨੇ ਕਿਸੇ ਨੇ ਉਹਨੂੰ ਚੌਕ ਚੌਮੁਖੀਆ ਚਿਰਾਗ ਕਿਹਾ ਉਹਦੀ ਉਪਮਾ ਦੇ ਵਿੱਚ ਜਿਹੜਾ ਚਾਰੇ ਪਾਸੇ ਰੌਸ਼ਨੀ ਦਿੰਦਾ ਸੀ ਕਿਸੇ ਨੇ ਉਸ ਨੂੰ ਗਾਦਰ ਲਹਿਰ ਦਾ ਮਹਾਨਾਇਕ ਕਿਹਾ ਕਿਸੇ ਨੇ ਗਾਦਰੀ ਸ਼ਹੀਦਾਂ ਦੇ ਤਾਰਾ ਮੰਡਲ ਦਾ ਚੰ드ਰਮਾ ਕਿਹਾ ਮਤਲਬ ਮੰਨ ਦੇਨ ਕੇ ਸਿਰ ਸਿਰ ਕੱਢ ਹੈ ਸਾਰਿਆਂ ਚੋਂ ਉਹਨੂੰ ਉਸ ਹਿਸਾਬ ਨਾਲ ਉਪਮਾ ਦੇ ਰਹੇ ਸੋ ਮੈਨੂੰ ਲੱਗਿਆ ਕਿ ਉਹਦੀ ਸਾਰੀ ਸ਼ਖਸੀਅਤ ਨੂੰ ਦਰਸਾਉਂਦਾ ਕੀ ਟਾਈਟਲ ਹੋ ਸਕਦਾ ਫਿਰ ਮੈਨੂੰ ਲੱਗਿਆ ਕਿ ਤੂਫਾਨਾਂ ਦਾ ਸ਼ਾਹ ਅਸਵਾਰ ਕਿਉਂਕਿ ਇਹ ਗੱਲ ਮਹਾਨਾਇਕ ਨਾਂ ਮਹਾਨਾਇਕ ਇੱਕ ਬੜੀ ਨਿਊਟਰਲ ਦੀ ਟਰਮ ਹੈ ਚੰ드ਰਮਾ ਬੜੀ ਨਿਊਟਰਲ ਦੀ ਟਰਮ ਹੈ ਐਨਾਂ ਹੀ ਪਤਾ ਲੱਗੂ ਕਿ ਸਿਰ ਕੱਢ ਸੀ ਬਸ ਹੁਣ ਤੂਫਾਨ ਕੀ ਹੈ ਤੂਫਾਨ ਇੱਕ ਬਹੁਤ ਵੱਡੇ ਜ਼ੋਰ ਤੇ ਬੇਗ ਦਾ ਪ੍ਰਤੀਕ ਹੈ ਜੇ ਜਿਸ ਬੇਗ ਨਾ ਬੰਦਾ ਉਹ ਜੋ ਦਾ ਸਵੀਪ ਹੈ ਜਿਹੜਾ ਉਹਦੀ ਸਵਾਰੀ ਕਰੂ ਉਹ ਕਿਹੋ ਜਿਹਾ ਹੋਊ ਪਲਾ ਜਿਵੇਂ ਕੋਈ ਤਕੜੇ ਘੋੜੇ ਦਾ ਸਵਾਰ ਆਮ ਬੰਦਾ ਨਹੀਂ ਕਰ ਸਕਦਾ ਸੋ ਪਹਿਲਾਂ ਘੋੜਾ ਕਿਹੋ ਜਿਹਾ ਪਤਾ ਹੋਣਾ ਚਾਹੀਦਾ ਤੁਹਾਨੂੰ ਐਵੇਂ ਕਿਸ ਨੂੰ ਘੋੜ ਸਵਾਰ ਕਹਦੇ ਹੋ ਜਾਂ ਚੰਗਾ ਘੋੜ ਸਵਾਰ ਸੋ ਘੋੜਾ ਕਿਹੋ ਜਿਹਾ ਤੇ ਫਿਰ ਉਹ ਸਵਾਰ ਕਿਹੋ ਜਿਹਾ ਪਤਾ ਲੱਗ ਜੀ ਸੋ ਇਹਦੇ ਵਿੱਚ ਜਿਹੜਾ ਤੂਫਾਨ ਆ ਉਹਦੇ ਚ ਜਿਹੜਾ ਵੇਗ ਹੈ ਉਹਦੀ ਗਤੀ ਹੈ ਉਹਦਾ ਮੋਮੈਂਟਮ ਉਹਦੀ ਸਪੀਡ ਉਹ ਜਦੋਂ ਤੁਸੀਂ ਦੇਖੋਗੇ ਸਰਾਬੇ ਨੂੰ ਉਹਦੇ ਵਿੱਚ ਉਹ ਸਾਰੀ ਸਪੀਡ ਹੈ ਕਿ ਕਿੰਨੀ ਛੋਟੀ ਜੀ ਜ਼ਿੰਦਗੀ ਹੈ ਤੇ ਕੀ ਕੁਝ ਕਰ ਗਿਆ ਅਸੀਂ ਦਿਨਾਂ ਦਾ ਹਿਸਾਬ ਲਾਇਆ ਵੀ ਉਹ ਕਿੰਨੀ ਤਰੀਕ ਨੂੰ ਇਹਨੇ ਹਿੰਦੁਸਤਾਨ 'ਚ ਪੈਰ ਪਾਇਆ ਆ ਕੇ ਤੇ ਕਿੰਨੀ ਤਰੀਕ ਨੂੰ ਫੜਿਆ ਗਿਆ ਉਹ ਦਿਨ ਗਿਣ ਲਓ गिनती ਦੇ ਦਿਨ ਉਹਨਾਂ ਦਿਨਾਂ 'ਚ ਉਹਨੇ ਜੋ ਕੁਛ ਕੀਤਾ ਇਹ ਕਦੇ-ਕਦੇ ਯਕੀਨ ਨਹੀਂ ਆਉਂਦਾ ਵੀ ਐ ਕਿਵੇਂ ਹੋ ਗਿਆ ਵੀ ਬੈਠੇ-ਬੈਠੇ ਉਹਨੂੰ ਪਤਾ ਲੱਗਦਾ ਵੀ ਬੰਗਾਲ ਕਲਕੱਤੇ ਢੇੜਾ ਮਾਰਿਆ ਆ ਬੰਗਾਲੀਆਂ ਨਾਲ ਕੰਟੈਕਟ ਕਰਨ ਵਾਸਤੇ ਉਹ ਜਦੋਂ ਤਰੀਕਾਂ ਕੱਢੀ ਤੀਆਂ ਉਹ ਇੰਨੀ ਤਰੀਕ ਨੂੰ ਹੋ ਇੱਥੇ ਸੀ ਫਰੋਜ ਪਰ ਇੰਨੀ ਤਰੀਕ ਨੂੰ ਅੰਮਰਸਰ ਸੀ ਇੰਨੀ ਤਰੀਕ ਨੂੰ ਹੋਥੇ ਇਹ ਵੀ ਕਲਕੱਤੇ ਵੀ ਜਾ ਆਇਆ ਸੋ ਜਦੋਂ ਅੱ ਤੈਅ ਕਰ ਲਈ ਉਹਨਾਂ ਨੇ ਗਦਰ ਦੀ ਤਰੀਖ ਤੈਅ ਕਰ ਲਈ 21 ਫਰਵਰੀ ਉੱਥੋਂ ਇੱਕ ਸੁੱਚਾ ਸਿੰਘ ਸੀ ਉਹਦੇ ਨਾਲ ਨੌਜਵਾਨ ਉਹ ਤੋਂ ਵੀ 2 ਸਾਲ ਛੋਟਾ ਖਾਲਸਾ ਸਕੂਲ ਦਾ ਹੀ ਸੀ ਉਸ ਨੇ ਉਹ ਦੋਵੇਂ ਚੱਲ ਪਈ ਇੱਥੋਂ ਲਾਹੌਰ ਤੋਂ ਚੱਲੇ ਮਾਥਰਾ ਮਾਥਰੇ ਤੋਂ ਆਗਰਾ ਸਾਰੀਆਂ ਸ਼ਾਹਵਣੀਆਂ ਦੇ ਵਿੱਚ ਜਾਂਦੇ ਸੀ ਮਾਥਰੇ ਤੋਂ ਆਗਰਾ ਆਗਰੇ ਤੋਂ ਬਨਾਰਸ ਅਲਾਹਾਬਾਦ ਅਜੁੱਧਿਆ ਮਤਲਬ ਪਤਾ ਹੀ ਨਹੀਂ ਕਿੰਨੀਆਂ ਸ਼ਾਉਣੀਆਂ ਥੋੜੇ ਜਿਹੇ ਦਿਨਾਂ ਵਿੱਚ ਗਾ ਕੇ ਮੁੜਿਆ ਇਹ। ਕਈ ਥਾਵਾਂ ਤੇ ਤਾਂ ਪਹਿਲਾਂ ਕੰਟੈਕਟ ਹੁੰਦਾ ਸੀ ਫਲਾਣੇ ਬੰਦੇ ਕੋਲ ਚਲੇ ਜਾਏ ਉਹ। ਕਈ ਥਾਵਾਂ ਤੇ ਉਹ ਕਹਿੰਦੇ ਸਰਕਾਰ ਨੇ ਲਿਖਿਆ ਰਿਪੋਰਟ ਦੇ ਵਿੱਚ ਵੀ ਕੋਈ ਪਤਾ ਵੀ ਨਹੀਂ ਜਾਣਦਾ ਹੀ ਨਹੀਂ ਕਿਸੇ ਨੂੰ ਸਿੱਧੀ ਧੁੱਸ ਦਿੱਤੀ ਬੈਰ ਕਾਂ ਚ ਗਏ। ਉੱਥੇ ਕੋਈ ਸਰਦਾਰ ਦੇਖੇ ਫੌਜੀ ਸਾਸਰੀ ਕਾਲ ਬੁਲਾਈ ਗੱਲ ਸ਼ੁਰੂ ਕਰ ਲਈ। ਹੁਣ ਜਿਹੜੀ ਸ਼ਰਾਬੇ ਦੀ ਸ਼ਕਸ਼ੀਤ ਚ ਇਹ ਗੱਲ ਸੀ ਨਾ ਕਿ ਜਿਹਨੂੰ ਮਿਲ ਲੈਂਦਾ ਸੀ ਉਹਨੂੰ ਮਰਨ ਵਾਸਤੇ ਤਿਆਰ ਕਰਨਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਮਰਨ ਵਾਸਤੇ ਜਿੱਥੇ ਸਾਫ਼ ਪਤਾ ਹੈ ਵੀ ਅੱਜ ਜੇ ਸਰਾਬੇ ਦੀ ਕਹੀ ਹੋਈ ਗੱਲ ਮੰਨਦੇ ਆ ਦੇ ਨਾਲ ਚੱਲਦੇ ਆ ਇੱਥੇ ਮੌਤ ਹੋਣੀ ਹੈ ਇਹ ਐਮਐਲ ਦੀ ਡਿਕਟ ਨਹੀਂ ਮਿਲਣੀ ਸੋ ਉਸ ਗੱਲ ਵਾਸਤੇ ਬੰਦੇ ਨੂੰ ਤਿਆਰ ਕਰਨਾ ਜਿਹਦਾ ਮਤਲਬ ਤੁਹਾਡੇ ਚ ਕਿਹੋ ਜੀ ਸ਼ਕਤੀ ਉਹ ਸ਼ਕਤੀਰਚ ਕੀ ਹੋ ਸੋ ਹਥਿਆਸ ਲਿਖਣ ਵੇਲੇ ਇਹ ਪ੍ਰੋਬਲਮ ਆਉਂਦੀ ਹੈ ਅਸੀਂ ਗੱਲਾਂ ਤਾਂ ਦੱਸ ਦਿਆਂਗੇ ਉਹਨੇ ਆ ਕੀਤਾ ਆ ਕੀਤਾ ਆ ਕੀਤਾ ਉਹਦੇ ਅੰਦਰਲੀ ਉਹ ਊਰਜਾ ਉਹ ਸ਼ਕਤੀ ਉਹ ਆਵਾ ਉਹ ਕਿਵੇਂ ਤੇ ਸ਼ਬਦਾਂ ਚ ਕਿਵੇਂ ਬਿਆਨ ਕਰ ਸਕਦਾ ਉਹ ਤਾਂ ਬਹਿ ਕੇ ਚਿੰਤਨ ਕਰੀ ਚੱਲੋ ਸੋਚੀ ਜਾਓ ਉਹਦੇ ਬਾਰੇ ਬਸ ਉਹ ਸ਼ਬਦਾਂ ਚ ਨਹੀਂ ਆ ਸਕਦੀ ਜਿਹੜਾ ਮੈਨੂੰ ਚਿਰ ਲੱਗਿਆ ਲਿਖਣ ਨੂੰ ਉਹ ਕੱਲਾ ਤੱਥਾਂ ਦਾ ਰੌਲਾ ਨਹੀਂ ਸੀ ਸੋ ਮੇਰਾ ਜੀ ਕਿਤਾ ਕੇ ਦੀ ਇਹਦੇ ਨਾਲ ਪੂਰੀ ਵਫਾ ਹੋਵੇ ਤੇ ਉਹ ਉਹ ਹੋ ਨਹੀਂ ਸਕਦੀ ਹੁੰਦੀ ਤੁਸੀਂ ਇੱਥੋਂ ਤੱਥ ਇਕੱਠਾ ਕਰ ਲਿਆ ਉੱਥੋਂ ਦੱਸ ਦਿਓਗੇ ਸਰਾਬੇ ਨੇ ਆ ਕੀਤਾ ਆ ਕੀਤਾ ਆ ਕੀਤਾ ਉਹ ਸਰਾਬਾ ਕੀ ਸੀ ਉਹ ਤਾਂ ਜਿਹਨੇ ਦੇਖਿਆ ਜਿਹੜੇ ਨਾਲ ਵਿਚਰੇ ਨੂੰ ਉਹਨਾਂ ਨੂੰ ਪਤਾ ਹੋ ਸਕਦਾ ਹੈ ਕਿ ਜਦੋਂ ਬੰਦੇ ਨਾਲ ਉਹ ਗੱਲ ਕਰਦਾ ਹੋ ਜਦੋਂ 2 ਮਿੰਟ 'ਚ ਹੀ ਬੰਦੇ ਨੂੰ ਤਿਆਰ ਕਰਦਾ ਹੋ ਤਾਂ ਉਹ ਕੀ ਕਰਦਾ ਹੋ ਭਲਾ ਉਹ ਕਹੋ ਜੀ ਕਾਸ਼ਸ ਯੋਦੇ ਚ ਜਿਹੜੀ ਉਹ ਇੱਕ ਉਦਾਹਰਨ ਆਉਂਦੀ ਹੈ ਕਿ ਲੁਧਿਆਣੇ ਤੋਂ ਬੈਠਾ ਟ੍ਰੇਨ ਦੇ ਵਿੱਚ ਜਲੰਧਰ ਤੱਕ ਡੱਬੇ ਦੇ ਵਿੱਚ ਇੱਕ ਫੌਜੀ ਦੇਖਿਆ ਉਹਦੇ ਕੋਲੇ ਜਾ ਬੈਠਾ ਸਰਦਾਰ ਫੌਜੀ ਸੀਗਾ ਉਹਦੇ ਨਾਲ ਗੱਲਾਂ ਕਰਨ ਲੱਗ ਗਿਆ ਤੇ ਜਲੰਧਰ ਤੱਕ ਜਾਂਦਾ ਜਦੋਂ ਹੱਥ ਮਲਾਏ ਉਹਨਾਂ ਨੇ ਤਾਂ ਉਹ ਇਹ ਗੱਲ ਨਿਕਲੀ ਕਿ ਹੋ ਮੀਆਂ ਮੀਰ ਦੀ ਸ਼ੌਣੀ ਜਿਹੜੀ ਲਾਹੌਰ ਦੀ ਹੈ ਉਹਦਾ ਜਿਹੜਾ ਮੈਗਜ਼ੀਨ ਹੈ ਜਿੱਥੇ ਅਸਲਾ ਖਾਨਾ ਹੈ ਉਹ ਅਸਲੇ ਖਾਨੇ ਦਾ ਇੰਚਾਰਜ ਸੀ ਉਹਦੀ ਡਿਊਟੀ ਉੱਥੇ ਸੀ ਉਹ ਚਾਬੀਆਂ ਉਹਦੇ ਕੋਲੇ ਹੁੰਦੀਆਂ ਸੀ ਸੋ ਸਰਾਬ ਨੇ ਹੱਥ ਮਲਾਇਆ ਕਹਿੰਦਾ ਜਿੱਦਾਂ ਲੋੜ ਪਊ ਮੇਰੇ ਕੋਲੇ ਆਇਓ ਚਾਬੀਆਂ ਤੁਹਾਡੇ ਕੋਲ ਤੇ ਜਿਹਦਾ ਨਤੀਜਾ ਪਤਾ ਸੀ ਮੌਤ ਸੋ ਰਾਤ ਜਾਂਦੇ ਨਹੀਂ ਆਏ ਤਿਆਰ ਕਰ ਲੈਣਾ ਤੂੰ ਕੋਈ ਆਮ ਬੰਦਾ ਥੋੜਾ ਹੋਊਗਾ ਸੋ ਉਹ ਕਿਤਾਬ ਸ਼ਬਦਾਂ ਰਾਹੀਂ ਨਹੀਂ ਬਿਆਨ ਕੀਤਾ ਜਾ ਸਕਦਾ ਨਾ ਬੋਲ ਕੇ ਦੱਸਿਆ ਜਾ ਸਕਦਾ ਸੋ ਇਤਿਹਾਸਕਾਰ ਸਾਹਮਣੇ ਜਦੋਂ ਕਿਸੇ ਇਨਕਲਾਬੀ ਬਾਰੇ ਕੁਝ ਲਿਖਣਾ ਹੈ ਤਾਂ ਉਹਦਾ ਉਹ ਜज्ਬਾ ਉਹਦੇ ਉਹ ਹਾਫ ਭਾਗ ਅੱਜ ਤੱਥ ਤਾਂ ਸਾਡੇ ਕੋਲੇ ਪਏ ਨੇ ਪਰ ਉਹਦਾ ਗੱਲ ਕਰਨ ਦਾ ਅੰਦਾਜ਼ ਉਹ ਕਿਵੇਂ ਕਰਦਾ ਹੋ ਉਹਦੀਆਂ ਉਹਦਾ ਅੱਖਾਂ ਉਹਦਾ ਚਿਹਰਾ ਵੀ ਉਹ ਕਿਹੋ ਜਿਹਾ ਹੁੰਦਾ ਹੋ ਸੋ ਮੈਂ ਕੋਸ਼ਿਸ਼ ਕੀਤੀ ਮੈਂ ਜਰਨਲ ਸਿੰਘ ਆਰਟਿਸਟ ਨੂੰ ਕਿਹਾ ਜਿਹੜਾ ਕਿ ਬਹੁਤ ਵੱਡਾ ਆਰਟਿਸਟ ਹੈ ਮੇਰੀ ਉਹਦੇ ਨਾਲ ਦੋਸਤੀ ਹੈ ਮੈਂ ਕਿਹਾ ਯਾਰ ਮੈਂ ਅਕਸਰਾਬੇ ਬਾਰੇ ਕਿਤਾਬ ਲਿਖ ਰਿਹਾ ਤੇ ਉਹਦਾ ਇੱਕ ਚਿੱਤਰ ਬਣਾ ਦੂ ਜੇ ਬਣਾ ਸਕਦਾ ਜਿਹਦੇ ਚ ਉਹਦੇ ਚ ਉਹ ਇਨਕਲਾਬੀ ਜੋਸ਼ ਮਗਦਾ ਹੋਵੇ ਚਲੋ ਉਹਨੇ ਹਾਲਾਂਕਿ ਬਹੁਤ ਵੱਡਾ ਕਲਾਕਾਰ ਹੈ ਆਰਟਿਸਟਾਂ ਤੋਂ ਕੋਈ ਸਮਝ ਨਹੀਂ ਸੀ ਪਰ ਉਹਨੇ ਮੇਰੇ ਇੱਕੋ ਬੋਲ ਤੇ ਇਹ ਕੰਮ ਸ਼ੁਰੂ ਕੀਤਾ ਇੱਕ ਬਣਾਇਆ ਮੈਨੂੰ ਠੀਕ ਨਾ ਲੱਗਿਆ ਫਿਰ ਦੂਜਾ ਬਣਾਇਆ ਮਰ ਚਲੋਣੇ ਤਾਂ ਆਪਦਾ ਜੋਰ ਲਾਤਾ ਬੜਾ ਸੋਹਣਾ ਬਣਾ ਵੀ ਦਿੱਤਾ ਪਰ ਇਹ ਪ੍ਰੋਬਲਮ ਆਉਂਦੀ ਹੈ ਵੀ ਹੁਣ ਮੈਂ ਉਹਨੂੰ ਕਿਵੇਂ ਦੱਸਾਂ ਵੀ ਇਹ ਚ ਕੀ ਪਾ ਤੇ ਜਿਹੜੇ ਬੰਦੇ ਦਾ ਆਪਦਾ ਇਹ ਅਨੁਭਵ ਨਹੀਂ ਕਿ ਕਦੇ ਇਸ ਤਰ੍ਹਾਂ ਦੇ ਕੰਮ ਨਹੀਂ ਕੀਤੇ ਉਹ ਹੁਣ ਉਸ ਨੂੰ ਕਿਵੇਂ ਚਿਤਵੇ ਵੀ ਉਹ ਇਹ ਜਾ ਹੋਊਗਾ ਇਹ ਦਿੱਕਤ ਆਉਂਦੀ ਹੈ ਯਤਨ ਕੀਤਾ ਚਿਤਰਾ ਰਾਹੀ ਵੀ ਸ਼ਬਦਾਂ ਰਾਹੀ ਵੀ ਬੋਲਾਂ ਰਾਹੀ ਵੀ ਕਿਸ ਰੱਬ ਦੇ ਨੂੰ ਦਰਸਾਇਆ ਜਾਵੇ ਡਿਸਕ੍ਰਾਈਬ ਕੀਤਾ ਜਾਵੇ ਪਰ ਨਹੀਂ ਸ਼ਬਦ ਵੀ ਹਾਰ ਜਾਂਦੇ ਆ ਤੇ ਚਿੱਤਰ ਤੱਕ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦਾ ਸੋ ਜਿਹੜੇ ਬੰਦੇ ਇੰਨਾ ਕੰਮਾਂ ਚ ਰਹੇ ਆ ਭਾਈ ਦਲਜੀਤ ਸਿੰਘ ਜੀ ਬੈਠੇ ਨੇ ਇੱਥੇ ਵੀ ਜਿਹੜਾ ਬੰਦਾ ਜ਼ਿੰਦਗੀ ਚ ਕਦੇ ਮੌਤ ਨਾਲ ਖਹਿ ਕੇ ਨਹੀਂ ਲੰਘਿਆ ਉਹਨੂੰ ਕੀ ਪਤਾ ਲੱਗੂ ਫਰਾਬਾ ਕੀ ਸੀ ਸੋ ਇਹ ਜਿਹੜਾ ਇਤਿਹਾਸ ਹੈ ਜਿਹੜਾ ਤੁਸੀਂ ਖਾਸ ਕਰਕੇ ਬੱਚਿਆਂ ਨੂੰ ਮੇਰੀ ਇਹ ਹੈਗੀ ਬੇਨਤੀ ਕਿ ਜੋ ਪੜ ਲਿਆ ਉਹੀ ਗਾਂਹਰ ਬੋਲਤਾ ਇਸ ਤਰ੍ਹਾਂ ਨਾ ਕਰੋ ਇਹ ਸ਼ਹੀਦਾਂ ਦਾ ਜ਼ੁਲਮ ਹੈ ਇੱਕ ਸਾਹ ਫੇਰ ਲਾ ਦੇਖੋ ਕਿਹਨੇ ਲਿਖਿਆ ਕਿਸ ਮਨਸ਼ਾ ਨਾਲ ਲਿਖਿਆ ਕਿਸ ਭਾਵਨਾ ਨਾਲ ਲਿਖਿਆ ਲਿਆਓ ਲੱਭੋ ਅਸਲੀ ਗੱਲਾਂ ਆ ਜਿਹੜਾ ਸੋਨ ਸਿੰਘ ਭਕਣਾ ਨੇ ਕਿਹਾ ਵੀ ਉਹ ਗੱਲਾਂ ਲੱਭੀਆਂ ਜਾਣ ਸੋ ਮੇਰਾ ਖਿਆਲ ਹੈ ਕਿ ਬਹੁਤਾ ਸਮਾਂ ਨਾ ਲਈਏ ਇਹ ਗੱਲਾਂ ਹੁੰਦੀਆਂ ਰਹਿਣਗੀਆਂ ਮੈਂ ਸਿਰਫ ਕਿਤਾਬ ਬਾਰੇ ਥੋੜਾ ਡਿਸਕ੍ਰਾਈਬ ਕਰਨਾ ਸੀ ਇੱਕੋ ਗੱਲ ਮੈਂ ਹੋਰ ਅਖੀਰ ਤੇ ਕਰਨੀ ਚਾਹੁੰਦਾ ਤੇ ਇਹ ਕਿਹਾ ਜਾਂਦਾ ਹੈ ਕਿ ਕਰਤਾਰ ਸਿੰਘ ਸਰਾਭਾ ਉੱਚ ਵਿਦਿਆ ਪ੍ਰਾਪਤ ਕਰਨ ਲਈ ਅਮਰੀਕਾ ਗਿਆ ਇਹ ਬੜੀ ਚੰਗੀ ਵੀ ਲੱਗਦੀ ਹੈ ਸਾਰਿਆਂ ਨੂੰ ਕਿਉਂਕਿ ਸਾਨੂੰ ਇਹ ਵੀ ਉੱਚ ਵਿਦਿਆ ਪ੍ਰਾਪਤ ਕਰਨੀ ਬਹੁਤ ਵਧੀਆ ਗੱਲ ਹੈ ਉੱਚੀ ਦੀ ਉੱਚੀ ਵਿੱਦਿਆ ਹੋਵੇ ਉਹਦੇ ਪਰਦੇਸਾਂ ਨੂੰ ਲੱਗਦਾ ਵੀ ਉਹ ਬਹੁਤ ਵੱਡਾ ਬੰਦਾ ਹੈ ਤੇ ਆਮ ਇਹ ਸਾਰੇ ਲਿਖਿਆ ਹੋਇਆ ਕਿ ਉਹ ਵਰਕਲੇਜ ਯੂਨੀਵਰਸਿਟੀ ਦੇ ਵਿੱਚ ਪੜਿਆ ਹੁਣ ਉਹੀ ਸਮੱਸਿਆ ਸਾਨੂੰ ਉੱਥੇ ਫੇਰ ਆ ਗਈ ਪਹਿਲੀ ਗੱਲ ਤਾਂ ਇੱਥੇ ਬੋਲ ਕੇ ਗਏ ਸੀ ਕਿ ਜਨਵਰੀ 1912 ਚ ਗਿਆ ਉਹ ਜਨਵਰੀ 1912 ਚ ਨਹੀਂ ਗਿਆ ਉਹ ਜੁਲਾਈ 1912 ਚ ਉੱਥੇ ਪਹੁੰਚਿਆ ਜੁਲਾਈ ਚ ਜਾ ਕੇ ਸਾਨੂੰ ਇਹ ਸੀ ਵੀ ਉਹਨੇ ਹੋ ਸਕਦਾ ਜਿਹੜਾ ਉਹ ਸਮੈਸਟਰ ਹੈ 12 ਦਾ ਦੂਜਾ ਸਮੈਸਟਰ ਉਹਦੇ ਚ ਦਾਖਲਾ ਲਿਆ ਹੋਣਾ ਜਾ ਕੇ ਵਰਕਲੇਜ ਯੂਨੀਵਰਸਿਟੀ ਚ ਪਰ ਉਦੋਂ ਬਾਅਦ ਬਾਬਾ ਜਵਾਲਾ ਸਿੰਘ ਦੀ ਡਾਇਰੀ ਚ ਨੋਟ ਹੈ ਕਿ ਦਸੰਬਰ ਚ ਮੈਂ ਸਟੋਰੀਆ ਗਿਆ ਉੱਥੇ ਕਰਤਾਰ ਸਿੰਘ ਰਾਬਾ ਇੱਕ ਮਿੱਲ ਚ ਕੰਮ ਕਰਦਾ ਸੀ ਰਾਤ ਸੀ ਉਹਨਾਂ ਕੋਲੇ ਠਹਿਰੇ ਨਾਲ ਉਹਦੇ ਪਿੰਡ ਦੇ ਰੁਲੀਆ ਸਿੰਘ ਤੇ ਅਰਜਨ ਸਿੰਘ ਉਹ ਕਹਿੰਦਾ ਵੀ ਉਹ ਪੜਨ ਵਾਸਤੇ ਆਇਆ ਸੀ ਪਰ ਉਹਨੇ ਜੇ ਦਾਖਲਾ ਨਹੀਂ ਲਿਆ ਸੀ ਜਿਹਦਾ ਮਤਲਬ ਉਹਨੇ ਉਸ ਸੈਮੈਸਟਰ ਦਾ ਦਾਖਲਾ ਨਹੀਂ ਲਿਆ ਸੋ ਉਹ ਕਹਿੰਦਾ ਵੀ ਅਸੀਂ ਉਹਨੂੰ ਫਿਰ ਕਿਹਾ ਵੀ ਤੂੰ ਹੁਣ ਜਾ ਤੂੰ ਪੜ ਵਾਕੀ ਕੰਮ ਵਸੀ ਕਰ ਲਾਂਗੇ ਤੇ ਜਨਵਰੀ ਦੇ ਵਿੱਚ ਦੂਜਾ ਸੈਮੈਸਟਰ ਸ਼ੁਰੂ ਹੋਣਾ ਸੀਗਾ ਵਰਕਲੇਜ ਯੂਨੀਵਰਸਿਟੀ ਦਾ ਜਦੋਂ ਅਸੀਂ ਫੇਰ ਉਹ ਤੱਥ ਦੇਖਣ ਲੱਗੇ ਉਹ ਫੇਰ ਉਹਦਾ ਉਹ ਤਾਂ ਜੂਲੋ ਕਾਉਂਟੀ 'ਚ ਫਿਰਦਾ ਉਨੇ ਦਾਖਲਾ ਕਿਹੜੇ ਵੇਲੇ ਲੈ ਲਿਆ ਉਸ ਤੋਂ ਬਾਅਦ ਪਾਰਟੀ ਬਣ ਗਈ ਪਾਰਟੀ ਚ ਤਾਂ ਸਰਗਰਮ ਹੋ ਗਿਆ ਪੇਪਰ ਕੱਢਣ ਲੱਗ ਗਿਆ ਵੀ ਦਾਖਲਾ ਕਿਹੜੇ ਵੇਲੇ ਕਿੱਥੇ ਲੈ ਲਿਆ ਅਲਟੀਮੇਟਲੀ ਸੀ ਯੂਨੀਵਰਸਟੀਆਂ ਯੂਨੀਵਰਸਿਟੀ ਕੋਲੇ ਪਹੁੰਚੇ ਉਹਨਾਂ ਨੂੰ ਕਿਹਾ ਵੀ ਸਾਡਾ ਬੰਦੇ ਦਾ ਨਾਮ ਇੱਕ ਪਤਾ ਕਰਕੇ ਦਿਓ ਕਿਹੜੇ ਸਾਲ ਕਿਹੜੇ ਸਬਜੈਕਟ ਚ ਉਹਨੇ ਦਾਖਲਾ ਲਿਆ ਉਹਨਾਂ ਨੇ ਸਾਰਾ ਰਿਕਾਰਡ ਫਰੋਲਤਾ 1912 ਦਾ ਵੀ 13 ਦਾ ਵੀ ਕਹਿੰਦੇ ਕਹੋ ਤਾਂ 14 ਦਾ ਵੀ ਫਰੋਲ ਦਿੰਨੇ ਉਹ ਕਹਿੰਦੇ ਇਸ ਨਾਉਂ ਦਾ ਬੰਦਾ ਸਾਡੇ ਕਦੇ ਵੀ ਦਾਖਲ ਹੋਇਆ ਨਹੀਂ ਇੱਥੇ ਕਿਉਂਕਿ ਸਾਨੂੰ ਵੀ ਲੱਗਦਾ ਸੀ ਹੁਣ ਜਿਹੜੇ ਬੰਦੇ ਕਹਿੰਦੇ ਨੇ ਕੋਈ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਗਿਆ ਉਹ ਜੇ ਯੂਨੀਵਰਸਿਟੀ ਚੋਂ ਨਹੀਂ ਦਾਖਲ ਨਹੀਂ ਕਰਾਉਂਦੇ ਤਾਂ ਉਹ ਗੱਲ ਨਹੀਂ ਬਣਦੀ ਸੋ ਮੇਰੀ ਸਮਝ ਇਹ ਬਣੀ ਕਿ ਉਹ ਕੋਈ ਉੱਚ ਵਿੱਦਿਆ ਪ੍ਰਾਪਤ ਇਹ ਇਹ ਸਾਨੂੰ ਲੱਗਦਾ ਹੁੰਦਾ ਹੋ ਸਕਦਾ ਉਹਦਾ ਸੁਚੇਤ ਮਨ ਜਿਹੜਾ ਉਹ ਇਹੀ ਸੋਚ ਕੇ ਗਿਆ ਹੋਵੇ ਕਮੈਂਡ ਜਰੀਨਿੰਗ ਕਰਨੀ ਹੈ ਮੇਰਾ ਸੁਚੇਤ ਮਨ ਵੀ ਇਹੀ ਸੋਚ ਕੇ ਇੰਜੀਨੀਅਰ ਕੋਲਜ ਮੈਂ ਦਾਖਲਾ ਲਿਆ ਸੀ ਪਰ ਜ਼ਿੰਦਗੀ ਦੇ ਫੈਸਲੇ ਹਮੇਸ਼ਾ ਤੁਹਾਡੇ ਸੁਚੇਤ ਮਨ ਨੇ ਨਹੀਂ ਕਰਨੇ ਹੁੰਦੇ ਉਹ 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 ਕਿਤੇ ਹੋਰ ਲਿਖੇ ਹੁੰਦੇ ਨੇ ਉਹ ਰਾਹ ਕਿਤੇ ਹੋਰ ਉਲਿੱਕੇ ਪਏ ਹੁੰਦੇ ਨੇ ਕਿਨੇ ਕੀ ਕਰਨਾ ਤੇ ਕਿੱਧਰ ਜਾਣਾ ਸੋ ਮੇਰਾ ਖਿਆਲ ਹੈ ਕਿ ਸਰਾਭਾ ਨੇ ਜਿਸ ਰਾਹ ਪੈਣਾ ਸੀ ਉਹ ਇੱਕ ਵੱਖਰਾ ਰਾਹ ਸੀ ਉਹ ਉਹਦੇ ਵਾਸਤੇ ਅਮਰੀਕਾ ਪਹੁੰਚਣਾ ਜ਼ਰੂਰੀ ਸੀ ਬਸ ਅਮਰੀਕਾ ਪਹੁੰਚਿਆ ਜਾ ਕੇ ਠੀਕ ਬੰਦਿਆਂ ਦੇ ਸੰਪਰਕ 'ਚ ਆ ਗਿਆ ਤੇ ਜਿਹੜਾ ਇਹ ਕਿਹਾ ਇੱਥੇ ਪਹਿਲਾਂ ਜਿਹੜਾ ਆਪਣਾ ਵਿਦਿਆਰਥੀ ਨੌਜਵਾਨ ਬੋਲ ਕੇ ਗਿਆ ਕਿ ਕੈਲੀਫੋਰਨੀਆ ਵਾਲੇ ਬਾਅਦ ਚ ਪਾਰਟੀ 'ਚ ਸ਼ਾਮਲ ਹੋਏ ਉਹ ਹੀ ਆ ਜਿਹੜਾ ਸੋਣ ਸੁਪਾਕਣਾ ਨੇ ਜਿਹੜਾ ਲਿਖਿਆ ਕਿ ਇਤਿਹਾਸ ਕਿਵੇਂ ਬਗਾੜਿਆ ਗਿਆ ਇਹ ਮੋਢੀ ਸੀ ਕੈਲੀਫੋਰਨੀਆ ਵਾਲੇ ਮੋਢੀ ਸੀਗੇ ਸਾਰੇ ਕੁਝ ਬਾਬਿਆਂ ਨੇ ਜਾ ਕੇ ਗੁਰਦਾਰਾ ਸਟਾਕਟਨ ਦਾ ਸਭ ਤੋਂ ਪਹਿਲਾਂ ਸ਼ੁਰੂ ਕਰ ਲਿਆ ਸੀ ਇਹਨਾਂ ਨੇ ਸੋਝੀ ਫਲਾਈ ਚਲੋ ਸੋ ਸਰਾਬੇ ਨੇ ਵਰਕਲੇਜ ਯੂਨੀਵਰਸਿਟੀ ਚ ਦਾਖਲਾ ਨਹੀਂ ਲਿਆ ਇਹਦੇ ਨਾਲ ਉਹ ਛੋਟਾ ਨਹੀਂ ਬਣ ਜਾਂਦਾ ਜਿਵੇਂ ਜਿਹੜੀ ਕਰਦੀ ਜਾਂਦਾ 3400 ਬੰਦੇ ਨਹੀਂ ਕਰੀ ਫਿਰਦੇ ਇਹ ਕੋਈ ਵੱਡੀ ਗੱਲ ਨਹੀਂ ਸੀ ਜੋ ਉਹਨੇ ਕੀਤਾ ਉਹ ਹਰ ਇੱਕ ਤੋਂ ਨਹੀਂ ਹੁੰਦਾ ਸੋ ਸੁਚੇਤਮਨ ਨੇ ਸ਼ਾਇਦ ਉਹਨੂੰ ਉੱਧਰ ਨੂੰ ਤੋਰਿਆ ਹੋਵੇ ਪਰ ਉਹ ਐਕਚੁਅਲੀ ਉਹਨੇ ਕਿਤੇ ਹੋਰ ਪਹੁੰਚਣਾ ਸੀ ਤੇ ਉੱਥੇ ਜਾਂਦੇ ਹੀ ਉਹਨੇ ਫੈਸਲਾ ਕਰ ਲਿਆ ਸੀ ਕਿ ਨਹੀਂ ਪੜਨਾ ਤਿਆਉ ਦੇ ਕੰਮ ਤੇ ਜੁਟ ਗਿਆ ਫਿਰ ਜਿਸ ਲਗਣ ਨਾਲ ਜੁਟਿਆ ਉਹ ਜਿਸ ਸਪੀਡ ਨਾਲ ਜੁਟਿਆ ਜਿਵੇਂ ਉਹਨੇ ਕੰਮ ਕੀਤਾ ਇਹ ਹੈਰਾਨੀ ਵਾਲੀ ਗੱਲ ਈ ਹੈ ਹਵਾਈ ਜਾ ਸਿੱਖਣ ਦਾ ਫੈਸਲਾ ਹੋਇਆ ਇਹ ਤਾਂ ਅਸੀਂ ਪੜ ਲਿਆ ਵੀ ਉੱਥੇ ਫੈਸਲਾ ਹੋਇਆ ਤੇ ਉਹ ਚਲਿਆ ਗਿਆ ਨਿਊਯਾਰਕ ਜਹਾਜ਼ ਸਿੱਖਣ ਪਰ ਡੇਢ ਮਹੀਨੇ ਬਾਅਦ ਹੀ ਮਤਲਬ ਜੇਕਰ ਆਰ ਹੈ ਵੀ ਉਹ ਤਾਂ ਉੱਥੇ ਵਾਪਸ ਸੈਨਫਰਾਂਸ ਕੋਚ ਜਿਹਦਾ ਮਤਲਬ ਉਹਨੇ 5 ਕ ਹਫਤਿਆਂ 'ਚ ਹਵਾਈ ਜਾ ਚਲਾਵਾ ਸਿੱਖ ਲਿਆ ਹੁਣ ਤੁਸੀਂ ਦੇਖੋ ਵੀ ਇੱਕ ਬਿਲਕੁਲ ਹੀ ਉਦੋਂ ਉਹਦੀ ਉਮਰ 16-17 ਸਾਲ ਸੀ ਵੀ ਇੰਨੀ ਇੰਨੇ ਥੋੜੇ ਜਿਹੜਾ ਮੈਂ ਤੂਫਾਨਾਂ ਦਾ ਸ਼ਾਹ ਸਵਾਰ ਕਿਹਾ ਉਹ 5 ਸਾਲ ਨਹੀਂ ਲਾਊਗਾ ਜਾ ਸਿੱਖਣ ਜਿਹੜੇ ਆਮ ਬੰਦੇ ਨੇ ਜਿਹੜੇ ਕੰਮ ਇੰਨੇ ਸਾਲਾਂ ਚ ਸਿੱਖਣੇ ਉਹਨੇ ਉਹ ਦਿਨਾਂ ਚ ਸਿੱਖਣੇ ਉਦੋਂ ਕਿਉਂਕਿ ਇਤਿਹਾਸ ਨੇ ਉਦੋਂ ਪਿੰਡ ਆ ਜਿਹੜਾ ਸਦੀਆਂ ਦਾ ਹੈ ਉਹ ਸਾਲਾਂ ਚ ਤੈਅ ਕਰਨਾ ਹੁੰਦਾ ਤੇ ਉਸ ਇਤਿਹਾਸ ਦੇ ਨਾਲ ਤੁਰਨ ਵਾਲਾ ਬੰਦਾ ਵੀ ਉਨੀ ਰਵਾਨੀ ਚਾਹੀਦੀ ਹੈ ਸੋ ਇਹ ਜਿਹੜੀ ਗੱਲ ਹੈ ਕਿ ਜਿਹੜਾ ਵੀ ਤੁਸੀਂ ਫੈਸਲਾ ਸੋਚ ਕੇ ਕੀ ਕਰਦੇ ਹੋ ਉਹ ਅੱਜ ਵੀ ਜਿਹੜਾ ਇੱਥੇ ਪ੍ਰੋਗਰਾਮ ਦਾ ਸਾਡਾ ਇਤفاق ਬਣਿਆ ਕਿਤਾਬ ਇੱਥੇ ਰਿਲੀਜ਼ ਕਰਨ ਦਾ ਉਹ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜਦੋਂ ਅਸੀਂ ਇਹ ਸੋਚਿਆ ਸੀ ਕਿਤਾਬ ਕਿੱਥੇ ਰਿਲੀਜ਼ ਹੋਵੇ ਇੱਕ ਵਾਰ ਮਨ ਚ ਆਇਆ ਸੀ ਕਿ ਸਰਾਬੇ ਪਿੰਡ 'ਚ ਹੀ ਕਰੀਏ ਪਰ ਫੇਰ ਮਨ ਤੇ ਇੱਕ ਵਿਚਾਰ ਭਾਰੂ ਹੋ ਗਿਆ ਕਿ ਨਹੀਂ ਇਹਨੂੰ ਉੱਥੇ ਕਰੀਏ ਜਿੱਥੇ ਬੰਦੇ ਸਿਧਾਂਤਕ ਤੌਰ ਤੇ ਥੋੜੇ ਵੱਧ ਮਚਿਓਰ ਉਹ ਸਾਨੂੰ ਲੱਗਿਆ ਪੰਜਾਬੀ ਯੂਨੀਵਰਸਿਟੀ ਚ ਵੀ ਜਿੱਥੇ ਯੂਨੀਵਰਸਿਟੀ ਦੇ ਵਿਦਿਆਰਥੀ ਅਧਿਆਪਕ ਜਾਂ ਹੋਰ ਜਿਨ੍ਹਾਂ ਨੂੰ ਪਤਾ ਇਹਨਾਂ ਗੱਲਾਂ ਦਾ ਉੱਥੇ ਜਾ ਕੇ ਆਪਾਂ ਇਹ ਗੱਲ ਕਰੀਏ ਉੱਥੇ ਕਿਤਾਬ ਜਾ ਕੇ ਰਿਲੀਜ਼ ਕਰੀਏ ਸੋ ਸਾਡਾ ਤਾਂ ਫੈਸਲਾ ਇਹ ਸੀ ਸੁਚੇਤ ਮੰਨ ਤੇ ਫੈਸਲਾ ਕੀਤਾ ਸੀ ਬਾਅਦ ਚ ਰਾਹੀ ਦਾ ਫੋਨ ਆਇਆ ਕਹਿੰਦਾ ਵੀ ਸਰਬੇ ਵਾਲ ਤੇ ਇਸ ਗੱਲ ਦੇ ਉੱਤੇ ਨਾਰਾਜ਼ ਨੂੰ ਉਹਨਾਂ 'ਚ ਬਹੁਤ ਇੱਛਾ ਸੀ ਵੀ ਸਾਡੀ ਸਾਡੀ ਸਾਡੇ ਇੱਥੇ ਆ ਕੇ ਰਿਲੀਜ਼ ਹੋ ਗਏ ਕਿਉਂਕਿ ਮਾਣ ਆ ਇਹਨਾਂ ਨੂੰ ਸਰਾਬੇ ਆਪਣੇ ਸ਼ਹੀਦ ਤੇ ਪਿਆਰ ਹੈ ਉਹਦੇ ਨਾਲ ਲਗਾ ਹੈ ਸੋ ਜज्बा ਵਿਚਾਰਾਂ ਤੇ ਕਿਵੇਂ ਭਾਰੂ ਹੋ ਜਾਂਦਾ ਹੈ ਅਸੀਂ ਕਈ ਵਾਰ ਵਿਚਾਰਾਂ ਨੂੰ ਬਹੁਤ ਵੱਡੀ ਗੱਲ ਸਮਝ ਲੈਂਦੇ ਕਿ ਵਿਚਾਰ ਹੀ ਸਭ ਕੁਝ ਕਰ ਦਿੰਦੇ ਆ ਬਸ ਵਿਚਾਰ ਹਾਰ ਮੰਨ ਜਾਂਦੇ ਨੇ ਜज्ਬੇ ਸਾਹਮਣੇ ਅਸੀਂ ਮੰਨ ਲਈ ਜਦੋਂ ਇਹਨੇ ਫੋਨ ਕੀਤਾ ਮੈਨੂੰ ਇੱਕਦਮ ਗਲਤੀ ਲੱਗੀ ਆਪਦੀ ਉਸ ਸਾਥੋਂ ਤਾਂ ਬਹੁਤ ਵੱਡੀ ਕੋਤਾਹੀ ਹੋ ਗਈ ਸੀ ਉਨਾਂ ਦੀ ਇੰਨੀ ਨੇਕ ਭਾਵਨਾ ਇੰਨੀ ਸੁੱਚੀ ਭਾਵਨਾ ਪਿੰਡ ਵਾਲਿਆਂ ਦੀ ਤੇ ਉਹ ਤਾਂ ਬੜੀ ਠੀਕ ਹੈ ਗੱਲ ਅਸੀਂ ਤਾਂ ਗਲਤੀ ਕਰ ਲਈ ਸੀ ਕਿ ਸਿਰਫ ਇਹ ਸੋਚ ਕੇ ਵੀ ਉੱਥੇ ਵੱਧ ਵਿਚਾਰ ਜਾਨਣ ਵਾਲੇ ਬੰਦੇ ਫਿਰ ਗੋਲੀ ਮਾਰੋ ਇਹਦੇ ਵਿਚਾਰਾਂ ਨੂੰ ਗੱਲ ਭਾਵਨਾ ਦੀ ਹੈ ਭਾਵਨਾ ਤੇ ਸੁੱਚੀ ਭਾਵਨਾ ਦਾ ਵਿਚਾਰਾਂ ਨਾਲ ਕੋਈ ਮੁਕਾਬਲਾ ਹੀ ਨਹੀਂ ਸੋ ਆ ਤੁਸੀਂ ਦੇਖੋ ਮਤਲਬ ਅਸੀਂ ਸੋਚਿਆ ਕੀ ਸੀ ਹੋਇਆ ਕੀ ਤੇ ਠੀਕ ਹੋਇਆ ਐਵੇਂ ਸਰਾਬੇ ਦਾ ਹੋਇਆ ਉਹ ਕੀ ਸੋਚ ਕੇ ਗਿਆ ਸੀ ਛੱਡੋ ਐਕਚੁਅਲੀ ਕੀ ਵਾਪਰਿਆ ਇਹ ਇਸ ਤਰ੍ਹਾਂ ਵਾਪਰਦਾ ਸੋ ਅੱਜ ਮੇਰਾ ਖਿਆਲ ਆਪਾਂ ਇੰਨੀਆਂ ਕੀ ਵਿਚਾਰਾਂ ਤੇ ਸਮਾਪਤ ਕਰੀਏ ਗੱਲ ਤਾਂ ਇਹ ਜਿੰਨੀ ਮਰਜ਼ੀ ਲੰਬੀ ਕਰੀ ਚੱਲੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ